ਹੈਲੋ ਐਵਰੀਵਨ। ਹਾਂਜੀ ਸਾਥੀਓ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਦੀ ਹਿਸਟਰੀ, ਪੋਲਟੀ, ਜੀਓਗ੍ਰਾਫੀ ਦੀ ਵਨ ਲਾਈਨਰ ਕੁਸ਼ਚਨ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਸ ਦਾ ਫਸਟ ਪਾਰਟ ਕਾਫੀ ਦਿਨ ਪਹਿਲਾਂ ਅਪਲੋਡ ਹੋ ਚੁੱਕਿਆ ਸੀ। ਜੇਕਰ ਕਿਸੇ ਸਾਥੀ ਨੇ ਉਹ ਪਾਰਟ ਨਹੀਂ ਵੇਖਿਆ ਤਾਂ ਅੱਜ ਦੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਉਸਦਾ ਲਿੰਕ ਮਿਲ ਜਾਏਗਾ, ਉੱਥੋਂ ਜਾ ਕੇ ਤੁਸੀਂ ਉਹ ਵੀਡੀਓ ਵੇਖ ਸਕਦੇ ਹੋ। ਹਾਂਜੀ, ਅੱਜ ਆਪਾਂ ਇਸ ਦਾ ਪਾਰਟ ਸੈਕਿੰਡ ਕਰਨ ਜਾ ਰਹੇ ਹਾਂ। ਇਸ ਵਿੱਚ ਵੀ ਆਪਾਂ 500 ਕੁਸ਼ਚਨ ਕਰਾਂਗੇ। ਹਾਂਜੀ, ਇਹ ਵੀਡੀਓ ਜਿਹੜੀ ਸੀਰੀਜ਼ ਹੈ, ਇਹ ਜਿਹੜੇ ਸਾਥੀ PSAT 2, SST ਅਤੇ ਮਾਸਟਰ ਕੈਡਰ ਦੀ ਪ੍ਰੀਪਰੇਸ਼ਨ ਕਰ ਰਹੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ, ਤਾਂ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਅਤੇ ਪੂਰਾ ਵੇਖਣਾ ਹੈ। ਹਾਂਜੀ, ਸਟਾਰਟ ਕਰਦੇ ਹਾਂ ਅੱਜ ਦੇ ਇਸ ਪਾਰਟ ਨੂੰ। ਕੁਸ਼ਚਨ ਨੰਬਰ 501, ਪਹਿਲਾ ਮਰਾਠਾ ਯੁੱਧ ਕਦੋਂ ਹੋਇਆ? ਹਾਂਜੀ, ਪਹਿਲਾ ਮਰਾਠਾ ਯੁੱਧ ਹੋਇਆ ਸੀ ਜੀ 1782 ਨੂੰ। 18ਵੀਂ ਸਦੀ ਦੇ ਦੋ ਵੱਡੇ ਮਰਾਠਾ ਯੋਧੇ ਕੌਣ ਸਨ? ਤਾਂ ਇਹ ਸਨ ਮਹਾਦਜੀ ਸਿੰਧਿਆ ਅਤੇ ਨਾਨਾ ਫਡਨਵੀਸ। ਪਹਿਲੀ ਮਰਾਠਾ ਜੰਗ ਕਿਸ ਸੰਧੀ ਨਾਲ ਖਤਮ ਹੋਈ? ਸਲਬਾਈ ਦੀ ਸੰਧੀ ਦੇ ਨਾਲ ਖਤਮ ਹੋਈ। ਦੂਜਾ ਮਰਾਠਾ ਯੁੱਧ ਕਦੋਂ ਹੋਇਆ? ਤਾਂ ਦੂਜਾ ਮਰਾਠਾ ਯੁੱਧ 1803 ਤੋਂ ਲੈ ਕੇ 1805 ਤੱਕ ਚੱਲਿਆ। ਤੀਜੀ ਅਤੇ ਆਖਰੀ ਮਰਾਠਾ ਜੰਗ ਕਦੋਂ ਹੋਈ ਸੀ? ਤਾਂ ਇਹ ਹੋਈ ਸੀ 1817 ਤੋਂ ਲੈ ਕੇ 1819 ਤੱਕ। ਕਿਸ ਗਵਰਨਰ ਜਨਰਲ ਨੇ ਸਰਵਉੱਚਤਾ ਦੀ ਨੀਤੀ ਅਪਣਾਈ? ਲਾਰਡ ਹੇਸਟਿੰਗਸ ਨੇ 1813 ਤੋਂ ਲੈ ਕੇ 1823 ਤੱਕ ਰਾਜ ਕੀਤਾ। ਇਹਨਾਂ ਨੇ ਸਰਵਉੱਚਤਾ ਦੀ ਨੀਤੀ ਅਪਣਾਈ ਸੀ। ਸਰਵਉੱਚਤਾ ਦੀ ਨੀਤੀ ਕੀ ਹੈ? ਇਸ ਨੀਤੀ ਤਹਿਤ ਅੰਗਰੇਜ਼ ਆਪਣੇ ਆਪ ਨੂੰ ਸਰਵਉੱਚ ਸਮਝਦੇ ਸਨ ਅਤੇ ਦੂਜੇ ਰਾਜਿਆਂ ਦੀ ਪ੍ਰਾਪਤੀ ਨੂੰ ਆਪਣਾ ਹੱਕ ਸਮਝਦੇ ਸਨ। ਕਿਟੂਰ ਯਾਨੀ ਕਰਨਾਟਕ ਦੀ ਕਿਹੜੀ ਰਾਣੀ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ? ਰਾਣੀ ਚੇਨੰਮਾ। ਰਾਇਨਾ ਕੌਣ ਸੀ? ਤਾਂ ਰਾਇਨਾ ਇੱਕ ਗਰੀਬ ਚੌਕੀਦਾਰ ਸੀ ਜਿਸ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਅਤੇ 1830 ਵਿੱਚ ਅੰਗਰੇਜ਼ਾਂ ਦੁਆਰਾ ਉਸਨੂੰ ਫਾਂਸੀ ਦੇ ਦਿੱਤੀ ਗਈ। ਅੰਗਰੇਜ਼ਾਂ ਨੇ ਅਫਗਾਨਿਸਤਾਨ ਨਾਲ ਕਿੰਨਾ ਸਮਾਂ ਲੜਾਈ ਕੀਤੀ? ਤਾਂ ਇਹ ਲੜਾਈ 1838 ਤੋਂ ਲੈ ਕੇ 1842 ਤੱਕ ਚੱਲੀ। ਅੰਗਰੇਜ਼ਾਂ ਨੇ ਸਿੰਧ 'ਤੇ ਕਦੋਂ ਕਬਜ਼ਾ ਕੀਤਾ? 1843 ਵਿੱਚ। ਅੰਗਰੇਜ਼ਾਂ ਨੇ ਪੰਜਾਬ 'ਤੇ ਕਦੋਂ ਕਬਜ਼ਾ ਕੀਤਾ? 1849 ਵਿੱਚ। ਅੰਗਰੇਜ਼ਾਂ ਦਾ ਵਿਰੋਧ ਕਰਨ ਵਾਲਾ ਪੰਜਾਬ ਦਾ ਸ਼ਾਸਕ ਕੌਣ ਸੀ? ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ? 1839 ਵਿੱਚ। ਹੜੱਪ ਦੀ ਨੀਤੀ ਕਿਸ ਨੇ ਲਾਗੂ ਕੀਤੀ? ਤਾਂ ਹੜੱਪ ਦੀ ਨੀਤੀ ਲਾਗੂ ਕੀਤੀ ਸੀ ਲਾਰਡ ਡਲਹੌਜ਼ੀ ਨੇ, ਅਤੇ ਇਸ ਦਾ ਸ਼ਾਸਨ ਕਾਲ ਸੀ 1848 ਤੋਂ ਲੈ ਕੇ 1856 ਤੱਕ। ਹੜੱਪ ਦੀ ਨੀਤੀ ਕੀ ਸੀ? ਜੇਕਰ ਕਿਸੇ ਸ਼ਾਸਕ ਦੀ ਮੌਤ ਹੋ ਜਾਂਦੀ ਹੈ ਅਤੇ ਉਸਦਾ ਕੋਈ ਪੁੱਤਰ ਵਾਰਸ਼ ਨਹੀਂ ਹੁੰਦਾ ਤਾਂ ਉਸ ਰਾਜ ਨੂੰ ਅੰਗਰੇਜ਼ਾਂ
ਆਪਣੇ ਹੜਪ ਦੀ ਨੀਤੀ ਦੇ ਤਹਿਤ ਆਪਣੇ ਰਾਜ ਵਿੱਚ ਮਿਲਾ ਲੈਂਦੇ ਹਨ। ਇਸ ਨੂੰ ਹੜਪ ਨੀਤੀ ਕਿਹਾ ਜਾਂਦਾ ਹੈ। ਅੰਗਰੇਜ਼ਾਂ ਨੇ ਹੜਪ ਦੀ ਨੀਤੀ ਤਹਿਤ 17 ਨੂੰ ਕਦੋਂ ਮਿਲਾਇਆ? ਤਾਂ ਇਸ ਨੂੰ ਮਿਲਾਇਆ ਸੀ 1848 ਵਿੱਚ। ਮੁਗਲ ਬਾਦਸ਼ਾਹ ਨੇ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਦਾ ਦੀਵਾਨ ਕਦੋਂ ਬਣਾਇਆ? ਤਾਂ ਮੁਗਲ ਬਾਦਸ਼ਾਹ ਨੇ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਦਾ ਦੀਵਾਨ 12 ਅਗਸਤ 1765 ਵਿੱਚ ਬਣਾਇਆ। ਕਿਸ ਸਮੇਂ ਦੌਰਾਨ ਬੰਗਾਲ ਵਿੱਚ 1 ਕਰੋੜ ਲੋਕਾਂ ਦੀ ਮੌਤ ਹੋਈ ਸੀ? ਤਾਂ ਇਹ ਹੋਈ ਸੀ 1770 ਵਿੱਚ। ਸਥਾਈ ਬੰਦੋਬਸਤ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ? 1793 ਵਿੱਚ। ਸਥਾਈ ਬੰਦੋਬਸਤ ਕੀ ਹੈ? ਰਾਜਿਆਂ ਅਤੇ ਤਾਲੁਕਦਾਰਾਂ ਨੂੰ ਜ਼ਿਮੀਂਦਾਰਾਂ ਵਜੋਂ ਮਾਨਤਾ ਦੇ ਕੇ ਉਹਨਾਂ ਨੂੰ ਕਰ ਇਕੱਠਾ ਕਰਨ ਅਤੇ ਕੰਪਨੀ ਨੂੰ ਕਰ ਅਦਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਪ੍ਰਣਾਲੀ ਅਧੀਨ ਕਰ ਸਦਾ ਲਈ ਨਿਸ਼ਚਿਤ ਕੀਤਾ ਗਿਆ ਸੀ। ਇਸ ਲਈ ਇਸ ਪ੍ਰਣਾਲੀ ਨੂੰ ਸਥਾਈ ਬੰਦੋਬਸਤ ਕਿਹਾ ਜਾਂਦਾ ਸੀ। ਭਾਰਤ ਵਿੱਚ ਸਥਾਈ ਬੰਦੋਬਸਤ ਕਿਸ ਦੇ ਰਾਜ ਦੌਰਾਨ ਲਾਗੂ ਕੀਤਾ ਗਿਆ ਸੀ? ਤਾਂ ਇਹ ਚਾਰਲਸ ਕੋਰਨਵਾਲਿਸ ਦੇ ਟਾਈਮ ਲਾਗੂ ਕੀਤਾ ਗਿਆ ਸੀ। ਮਹਿਲਵਾੜੀ ਬੰਦੋਬਸਤ ਕਦੋਂ ਲਾਗੂ ਕੀਤਾ ਗਿਆ ਸੀ? ਤਾਂ ਇਹ 1822 ਵਿੱਚ ਲਾਗੂ ਕੀਤਾ ਗਿਆ ਸੀ। ਕਿਸ ਦੁਆਰਾ ਅਤੇ ਕਿੱਥੇ ਮਹਿਲਵਾੜੀ ਬੰਦੋਬਸਤ ਨੂੰ ਲਾਗੂ ਕੀਤਾ ਗਿਆ? ਬੰਗਾਲ ਪ੍ਰੈਜ਼ੀਡੈਂਸੀ ਦੇ ਉੱਤਰੀ ਪੱਛਮੀ ਪ੍ਰਾਂਤਾਂ ਵਿੱਚ ਹੋਲਡ ਮੈਕੈਂਜ਼ੀ ਦੁਆਰਾ ਲਾਗੂ ਕੀਤਾ ਗਿਆ। ਮਹਿਲਵਾੜੀ ਬੰਦੋਬਸਤ ਕੀ ਸੀ? ਇਸ ਵਿੱਚ ਪਿੰਡ ਦੇ ਹਰੇ ਖੇਤਾਂ ਦਾ ਅਨੁਮਾਨਿਤ ਕਰ ਜੋੜ ਕੇ ਪਿੰਡ ਜਾਂ ਪਿੰਡ ਸਮੂਹ ਦਾ ਕਰ ਗਿਣਿਆ ਜਾਂਦਾ ਸੀ। ਪਿੰਡਾਂ ਦੇ ਸਮੂਹ ਨੂੰ ਮਹਿਲ ਕਿਹਾ ਜਾਂਦਾ ਸੀ। ਕਿਸ ਖੇਤਰ ਵਿੱਚ ਰਾਇਤਵਾੜੀ ਪ੍ਰਣਾਲੀ ਲਾਗੂ ਕੀਤੀ ਗਈ ਸੀ? ਤਾਂ ਇਹ ਦੱਖਣੀ ਭਾਰਤੀ ਖੇਤਰ ਵਿੱਚ ਲਾਗੂ ਕੀਤੀ ਗਈ ਸੀ। ਰਾਇਤਵਾੜੀ ਪ੍ਰਣਾਲੀ ਕਿਸਨੇ ਲਾਗੂ ਕੀਤੀ ਸੀ? ਕੈਪਟਨ ਅਲੈਗਜ਼ੈਂਡਰ ਰੀਡ ਨੇ ਲਾਗੂ ਕੀਤੀ ਸੀ। ਕੈਪਟਨ ਅਲੈਗਜ਼ੈਂਡਰ ਰੀਡ ਨੇ ਸਭ ਤੋਂ ਪਹਿਲਾਂ ਰਾਇਤਵਾੜੀ ਪ੍ਰਣਾਲੀ ਨੂੰ ਕਿੱਥੇ ਲਾਗੂ ਕੀਤਾ? ਤਾਂ ਇਹਨਾਂ ਨੇ ਟੀਪੂ ਸੁਲਤਾਨ ਨਾਲ ਜੰਗ ਵਿੱਚ ਹੜਪੇ ਗਏ ਖੇਤਰਾਂ ਵਿੱਚ ਸਭ ਤੋਂ ਪਹਿਲਾਂ ਰਾਇਤਵਾੜੀ ਪ੍ਰਣਾਲੀ ਨੂੰ ਲਾਗੂ ਕੀਤਾ। ਪੂਰੇ ਦੱਖਣੀ ਭਾਰਤ ਵਿੱਚ ਰਾਇਤਵਾੜੀ ਪ੍ਰਣਾਲੀ ਕਿਸਨੇ ਲਾਗੂ ਕੀਤੀ? ਤਾਂ ਇਹ ਥੌਮਸ ਮੁਨਰੋ ਨੇ ਲਾਗੂ ਕੀਤੀ। ਕਿਸਾਨਾਂ ਪ੍ਰਤੀ ਥੌਮਸ ਮੁਨਰੋ ਦੇ ਕੀ ਵਿਚਾਰ ਸਨ? ਨਿਗਰੋ ਦਾ ਮੰਨਣਾ ਸੀ ਕਿ ਅੰਗਰੇਜ਼ਾਂ ਨੂੰ ਪਿਤਾ ਵਾਂਗ ਕਿਸਾਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਰਾਇਤਵਾੜੀ ਪ੍ਰਣਾਲੀ ਵਿੱਚ ਕੀ ਹੋਇਆ? ਇਸ ਵਿੱਚ ਪਹਿਲਾਂ ਖੇਤਾਂ ਦਾ ਸਰਵੇਖਣ ਕੀਤਾ ਜਾਂਦਾ ਸੀ ਅਤੇ ਕਿਸਾਨਾਂ ਤੋਂ ਸਿੱਧੇ ਮਲਈਏ ਦਾ ਪ੍ਰਬੰਧ ਕੀਤਾ ਜਾਂਦਾ ਸੀ। 18ਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਕਿਸ ਦੀ ਖੇਤੀ 'ਤੇ ਜ਼ੋਰ ਦਿੱਤਾ? ਤਾਂ 18ਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਅਫੀਮ ਅਤੇ ਨੀਲ ਦੀ ਖੇਤੀ 'ਤੇ ਜ਼ੋਰ ਦਿੱਤਾ। ਬੰਗਾਲ ਵਿੱਚ ਕਿਸ ਦੀ ਖੇਤੀ ਉੱਤੇ ਜ਼ੋਰ ਦਿੱਤਾ ਜਾਂਦਾ ਸੀ? ਜੂਟ ਦੀ ਖੇਤੀ ਉੱਤੇ। ਅਸਾਮ ਵਿੱਚ ਕਿਸ ਦੀ ਕਾਸ਼ਤ ਉੱਤੇ ਜ਼ੋਰ ਦਿੱਤਾ ਜਾਂਦਾ ਸੀ? ਚਾਹ ਦੀ ਕਾਸ਼ਤ ਉੱਤੇ। ਕਿਸ ਦੀ ਕਾਸ਼ਤ 'ਤੇ ਸੰਯੁਕਤ ਪ੍ਰਾਂਤ ਯੂਪੀ ਵਿੱਚ ਜ਼ੋਰ ਦਿੱਤਾ ਜਾਂਦਾ ਸੀ? ਗੰਨੇ ਦੀ ਕਾਸ਼ਤ 'ਤੇ। ਪੰਜਾਬ ਵਿੱਚ ਡੈਸ਼ ਦੀ ਖੇਤੀ ਕੀਤੀ ਜਾਂਦੀ ਸੀ, ਕਣਕ ਦੀ।
ਕਿਸ ਦੀ ਕਾਸ਼ਤ 'ਤੇ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਜ਼ੋਰ ਦਿੱਤਾ ਜਾਂਦਾ ਸੀ? ਕਪਾਹ ਦੀ ਕਾਸ਼ਤ 'ਤੇ। ਮਦਰਾਸ ਵਿੱਚ ਕਿਸ ਦੀ ਕਾਸ਼ਤ ਉੱਤੇ ਜ਼ੋਰ ਦਿੱਤਾ ਜਾਂਦਾ ਸੀ? ਚਾਵਲ ਦੀ। ਸੰਸਾਰ ਵਿੱਚ ਭਾਰਤੀ ਨੀਲ ਦੀ ਮੰਗ ਕਿਉਂ ਹੈ? ਇੰਡੀਗੋ ਪੌਦਾ ਇੱਕ ਗਰਮ ਖੰਡੀ ਪੌਦਾ ਹੈ ਅਤੇ ਭਾਰਤ ਨੂੰ ਇਹ ਭੂਗੋਲਿਕ ਸਥਿਤੀਆਂ ਕਾਰਨ ਮਿਲਦੇ ਹਨ। ਹਾਂਜੀ, ਸੰਸਾਰ ਵਿੱਚ ਭਾਰਤੀ ਨੀਲ ਦੀ ਮੰਗ ਕਿਉਂ ਹੈ? ਕਿਉਂਕਿ ਇੰਡੀਗੋ ਨਾਮਕ ਦਾ ਇੱਕ ਪੌਦਾ ਹੈ ਜਿਹੜਾ ਕਿ ਗਰਮ ਖੰਡੀ ਪੌਦਾ ਹੈ ਅਤੇ ਭਾਰਤ ਦਾ ਭੂਗੋਲਿਕ ਸਥਿਤੀ ਅਜਿਹੀ ਹੈ ਜਿੱਥੇ ਇਹ ਪੌਦਾ ਲੱਗਦਾ ਹੈ, ਤਾਂ ਇਸ ਕਰਕੇ ਸੰਸਾਰ ਵਿੱਚ ਭਾਰਤੀ ਨੀਲ ਦੀ ਮੰਗ ਜ਼ਿਆਦਾ ਹੈ। ਕਿਹੜੇ ਦੇਸ਼ਾਂ ਵਿੱਚ ਕੱਪੜਿਆਂ ਨੂੰ ਰੰਗਣ ਲਈ ਭਾਰਤੀ ਨੀਲ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਇਟਲੀ, ਫਰਾਂਸ ਅਤੇ ਬ੍ਰਿਟੇਨ। ਭਾਰਤ ਤੋਂ ਇਲਾਵਾ ਕਿੱਥੇ ਲੋਕ ਨੀਲ ਦੀ ਖੇਤੀ ਕਰਦੇ ਹਨ? ਕੈਰੇਬੀਅਨ ਟਾਪੂਆਂ ਵਿੱਚ ਫਰਾਂਸੀਸੀ ਲੋਕ, ਬ੍ਰਾਜ਼ੀਲ ਵਿੱਚ ਪੁਰਤਗਾਲੀ, ਜਮਾਇਕਾ ਵਿੱਚ ਬ੍ਰਿਟਿਸ਼ ਅਤੇ ਵੈਨਜੁਏਲਾ ਵਿੱਚ ਸਪੈਨਿਸ਼ ਲੋਕ ਨੀਲ ਦੀ ਖੇਤੀ ਕਰਦੇ ਹਨ। ਬਰਤਾਨੀਆ ਵਿੱਚ ਉਦਯੋਗੀਕਰਨ ਦੇ ਵਿਕਾਸ ਦਾ ਕੀ ਪ੍ਰਭਾਵ ਪਿਆ? ਤਾਂ ਕਪਾਹ ਦੇ ਉਤਪਾਦਨ ਦੀ ਮੰਗ ਜਿਹੜੀ ਵਧੀ। ਕਿਹੜੇ ਦੇਸ਼ਾਂ ਵਿੱਚ ਨੀਲ ਦੀ ਆਯਾਤ ਬੰਦ ਕੀਤੀ ਗਈ? ਵੈਸਟ ਇੰਡੀਜ਼ ਅਤੇ ਅਮੈਰੀਕਾ ਵਿੱਚ। ਸੰਸਾਰ ਦਾ ਨੀਲ ਉਤਪਾਦਨ ਕਿਸ ਸਮੇਂ ਅੱਧਾ ਰਹਿ ਗਿਆ ਸੀ? ਤਾਂ ਇਹ 1783 ਤੋਂ 1799 ਵਿੱਚ ਅੱਧਾ ਰਹਿ ਗਿਆ ਸੀ। ਨੀਲ ਦੀ ਖੇਤੀ ਦੇ ਕਿਹੜੇ ਤਰੀਕੇ ਹਨ? ਨਿੱਜੀ ਅਤੇ ਕਿਰਾਏਦਾਰ ਕਿਸਾਨ। ਨਿੱਜੀ ਖੇਤੀ ਕਿਵੇਂ ਕੀਤੀ ਜਾਂਦੀ ਸੀ? ਇਸ ਵਿੱਚ ਬਾਗਾਂ ਦੇ ਮਾਲਕ ਖੁਦ ਆਪਣੀ ਜ਼ਮੀਨ 'ਤੇ ਨੀਲ ਦੀ ਖੇਤੀ ਕਰਦੇ ਸਨ। ਨਿੱਜੀ ਖੇਤੀ ਦੀ ਸਮੱਸਿਆ ਕੀ ਸੀ? ਵੱਡੇ ਪਲਾਟ ਨਾ ਮਿਲਣ, ਮਜ਼ਦੂਰਾਂ ਦੀ ਘਾਟ ਆਦਿ ਕਾਰਨ ਕਿਸਾਨਾਂ ਨਾਲ ਟਕਰਾਅ ਅਤੇ ਤਣਾਅ ਬਣਿਆ ਰਹਿੰਦਾ ਸੀ। ਨਿੱਜੀ ਖੇਤੀ ਵਿੱਚ ਕਿੰਨੇ ਪ੍ਰਤੀਸ਼ਤ ਨੀਲ ਪੈਦਾ ਕੀਤੀ ਜਾਂਦੀ ਸੀ? 25%। ਰਿਵਾਇਤੀ ਖੇਤੀ ਕਿਵੇਂ ਕੀਤੀ ਜਾਂਦੀ ਸੀ? ਇਸ ਖੇਤੀ ਵਿੱਚ ਬਾਗਾਂ ਦੇ ਮਾਲਕ ਕਿਸਾਨਾਂ ਨਾਲ ਸਮਝੌਤਾ ਕਰਦੇ ਸਨ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕੀ ਫਾਇਦਾ ਹੋਇਆ? ਘੱਟ ਵਿਆਜ 'ਤੇ ਕਰਜ਼ੇ ਦਿੱਤੇ ਗਏ। ਇੰਡੀਗੋ ਬਗਾਵਤ ਕਦੋਂ ਹੋਈ ਸੀ? ਮਾਰਚ 1859 ਵਿੱਚ। ਕਿੱਥੋਂ ਦੇ ਕਿਸਾਨਾਂ ਨੇ ਇੰਡੀਗੋ ਵਿਦਰੋਹ ਕੀਤਾ ਸੀ? ਬੰਗਾਲ ਦੇ ਕਿਸਾਨਾਂ ਨੇ। ਗਾਂਧੀ ਜੀ ਨੇ ਮੀਲ ਕਿਸਾਨ ਅੰਦੋਲਨ ਵਿੱਚ ਕਦੋਂ ਹਿੱਸਾ ਲਿਆ ਸੀ? 1917 ਵਿੱਚ। ਗਾਂਧੀ ਜੀ ਨੇ ਨੀਲ ਕਿਸਾਨ ਦੇ ਸਮਰਥਨ ਵਿੱਚ ਕਿਹੜਾ ਸੱਤਿਆਗ੍ਰਹਿ ਕੀਤਾ? ਚੰਪਾਰਨ ਸੱਤਿਆਗ੍ਰਹਿ। ਉੱਤਰ ਪੂਰਵੀ ਅਤੇ ਮੱਧ ਭਾਰਤ ਦੇ ਜੰਗਲੀ ਖੇਤਰਾਂ ਦੇ ਆਦਿਵਾਸੀਆਂ ਦੁਆਰਾ ਕਿਸ ਕਿਸਮ ਦੀ ਖੇਤੀ ਕੀਤੀ ਜਾਂਦੀ ਸੀ? ਝੂਮ ਦੀ ਖੇਤੀ। ਬਦਲਵੀਂ ਖੇਤੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਝੂਮ ਦੀ ਖੇਤੀ। ਖੋੜ ਸ਼ਿਕਾਰੀ ਕਬੀਲਾ ਕਿੱਥੇ ਪਾਇਆ ਜਾਂਦਾ ਸੀ? ਉੜੀਸਾ ਵਿੱਚ। ਵਣ ਗੁਰਜਰ ਕਿੱਥੇ ਪਾਏ ਜਾਂਦੇ ਹਨ? ਪੰਜਾਬ ਦੇ ਪਹਾੜੀ ਖੇਤਰਾਂ ਵਿੱਚ। ਕਿਸ ਕੌਮ ਨੂੰ ਗੱਦਰੀਆ ਕਿਹਾ ਜਾਂਦਾ ਹੈ? ਕੁੱਲੂ ਦਾ ਗੱਦੀ ਸਮੁਦਾਇ ਨੂੰ। ਬੱਕਰੀਆਂ ਪਾਲਣ ਵਾਲੇ ਬੱਕਰਵਾਲ ਕਿੱਥੇ ਪਾਏ ਜਾਂਦੇ ਹਨ? ਕਸ਼ਮੀਰ ਵਿੱਚ। ਕਿਹੜੇ ਕਬੀਲੇ ਇੱਕ ਥਾਂ 'ਤੇ ਖੇਤੀ ਕਰਦੇ ਹਨ? ਗੋਂਡ, ਸੰਥਾਲ ਅਤੇ ਮੁੰਡਾ। ਅੰਗਰੇਜ਼ਾਂ ਨੇ ਜੰਗਲਾਂ ਨੂੰ ਕੀ
ਨੀਤੀ ਬਣਾਈ। ਉਹਨਾਂ ਨੇ ਸਾਰੇ ਜੰਗਲਾਂ 'ਤੇ ਕਬਜ਼ਾ ਕਰ ਲਿਆ ਅਤੇ ਜੰਗਲਾਂ ਨੂੰ ਸਰਕਾਰੀ ਜਾਇਦਾਦ ਘੋਸ਼ਿਤ ਕੀਤਾ। ਕੇਂਦਰੀ ਸੂਬੇ ਵਿੱਚ ਜੰਗਲ ਸੱਤਿਆਗ੍ਰਹਿ ਕਦੋਂ ਹੋਇਆ? ਤਾਂ ਕੇਂਦਰੀ ਸੂਬੇ ਵਿੱਚ ਜੰਗਲ ਸੱਤਿਆਗ੍ਰਹਿ 1930 ਵਿੱਚ ਹੋਇਆ। ਰੇਸ਼ਮ ਦੇ ਕੀੜੇ ਕੌਣ ਪਾਲਦੇ ਸਨ? ਹਜ਼ਾਰੀਬਾਗ, ਝਾਰਖੰਡ ਦੇ ਆਲੇ ਦੁਆਲੇ ਸੰਥਾਲ ਕਬੀਲੇ। ਕਾਲ ਆਦਿਵਾਸੀਆਂ ਨੇ ਕਦੋਂ ਵਿਦਰੋਹ ਕੀਤਾ? ਤਾਂ ਇਹ ਵਿਦਰੋਹ 1831 ਤੋਂ ਲੈ ਕੇ 1832 ਤੱਕ ਚੱਲਿਆ। ਸੰਥਾਲ ਕਬੀਲੇ ਨੇ ਕਦੋਂ ਬਗਾਵਤ ਕੀਤੀ? 1855 ਵਿੱਚ। ਬਿਰਸਾ ਮੁੰਡਾ ਦਾ ਜਨਮ ਕਦੋਂ ਹੋਇਆ? 1870 ਵਿੱਚ। ਬਿਰਸਾ ਮੁੰਡਾ ਕਿਸ ਤੋਂ ਪ੍ਰਭਾਵਿਤ ਹੈ? ਤਾਂ ਇਹ ਈਸਾਈ ਮਿਸ਼ਨਰੀ, ਵੈਸ਼ਨਵ ਪ੍ਰਚਾਰਕ ਆਦਿ ਤੋਂ ਪ੍ਰਭਾਵਿਤ ਹੈ। ਬਿਰਸਾ ਮੁੰਡਾ ਕੀ ਚਾਹੁੰਦਾ ਸੀ? ਉਹ ਈਸਾਈ ਮਿਸ਼ਨਰੀਆਂ, ਸ਼ਾਹੂਕਾਰਾਂ, ਹਿੰਦੂ ਜ਼ਮੀਨ ਮਾਲਕ ਅਤੇ ਸਰਕਾਰ ਨੂੰ ਬਾਹਰ ਕੱਢ ਕੇ ਬਿਰਸਾ ਦੀ ਅਗਵਾਈ ਹੇਠ ਮੁੰਡਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਬਿਰਸਾ ਮੁੰਡਾ ਦੇ ਰਾਜ ਦਾ ਪ੍ਰਤੀਕ ਰੰਗ ਦਾ ਝੰਡਾ ਸੀ ਚਿੱਟਾ ਰੰਗ। ਬਿਰਸਾ ਮੁੰਡਾ ਦੀ ਮੌਤ ਕਦੋਂ ਹੋਈ? 1900 ਵਿੱਚ ਹੇਜੇ ਦੇ ਕਾਰਨ। ਮੈਸੂਰ ਨਾਲ ਅੰਗਰੇਜ਼ਾਂ ਦੀਆਂ ਕਿੰਨੀਆਂ ਜੰਗਾਂ ਹੋਈਆਂ? ਤਾਂ ਮੈਸੂਰ ਨਾਲ ਅੰਗਰੇਜ਼ਾਂ ਦੀਆਂ 4 ਲੜਾਈਆਂ ਹੋਈਆਂ। ਪਹਿਲੀ ਐਂਗਲੋ ਮੈਸੂਰ ਜੰਗ, ਇਹ 1767 ਤੋਂ ਲੈ ਕੇ 1769 ਈਸਵੀ ਵਿਚਕਾਰ ਲੜੀ ਗਈ ਸੀ। ਇਸ ਸਮੇਂ ਗਵਰਨਰ ਸੀ ਲਾਰਡ ਵੇਰੇਸਟ। ਪਹਿਲੇ ਐਂਗਲੋ ਮੈਸੂਰ ਵਿੱਚ ਅੰਗਰੇਜ਼ ਨਿਜ਼ਾਮ ਅਤੇ ਮਰਾਠਿਆਂ ਨੇ ਹੈਦਰ ਅਲੀ ਵਿਰੁੱਧ ਮਿਲ ਕੇ ਲੜਾਈ ਲੜੀ ਅਤੇ ਇਹ ਲੜਾਈ ਮਦਰਾਸ ਦੀ ਸੰਧੀ ਨਾਲ ਖਤਮ ਹੋਈ ਸੀ। ਇਸ ਵਿੱਚ ਹੈਦਰ ਅਲੀ ਨੇ ਅੰਗਰੇਜ਼ਾਂ ਵਿਰੁੱਧ ਜਿੱਤ ਪ੍ਰਾਪਤ ਕੀਤੀ ਸੀ। ਦੂਜੀ ਐਂਗਲੋ ਮੈਸੂਰ ਜੰਗ, ਇਹ 1780 ਤੋਂ ਲੈ ਕੇ 1784 ਈਸਵੀ ਵਿਚਕਾਰ ਲੜੀ ਗਈ ਸੀ। ਇਸ ਸਮੇਂ ਗਵਰਨਰ ਸੀ ਲਾਰਡ ਵਾਰਨ ਹੈਸਟਿੰਗ। ਦੂਜੇ ਐਂਗਲੋ ਮੈਸੂਰ ਵਿੱਚ ਹੈਦਰ ਅਲੀ ਨਿਜ਼ਾਮ ਅਤੇ ਮਰਾਠਿਆਂ ਨੇ ਮਿਲ ਕੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਇਸ ਵਿੱਚ ਹੈਦਰ ਅਲੀ ਦੀ 1782 ਵਿੱਚ ਦੂਜੇ ਐਂਗਲੋ ਮੈਸੂਰ ਜੰਗ ਵਿੱਚ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਸਦੇ ਪੁੱਤਰ ਟਿੱਪੂ ਸੁਲਤਾਨ ਨੇ ਮੈਗਲੋਰ ਦੀ ਸੰਧੀ, ਜਿਹੜੀ ਕਿ 1784 ਵਿੱਚ ਹੋਈ ਸੀ, 'ਤੇ ਹਸਤਾਕਸ਼ਰ ਕਰਕੇ ਇਸ ਜੰਗ ਨੂੰ ਖਤਮ ਕੀਤਾ ਸੀ। ਤੀਜੀ ਐਂਗਲੋ ਮੈਸੂਰ ਜੰਗ, ਇਹ ਜੰਗ 1790 ਤੋਂ ਲੈ ਕੇ 1792 ਈਸਵੀ ਵਿਚਕਾਰ ਲੜੀ ਗਈ ਸੀ। ਗਵਰਨਰ ਲਾਰਡ ਕਰਨਵਾਲਿਸ ਇਸ ਸਮੇਂ ਗਵਰਨਰ ਸੀ। ਤੀਜੇ ਐਂਗਲੋ ਮੈਸੂਰ ਵਿੱਚ ਅੰਗਰੇਜ਼ਾਂ, ਨਿਜ਼ਾਮਾਂ ਅਤੇ ਮਰਾਠਿਆਂ ਨੇ ਮਿਲ ਕੇ ਟਿੱਪੂ ਸੁਲਤਾਨ ਵਿਰੁੱਧ ਲੜਾਈ ਲੜੀ ਸੀ ਅਤੇ ਇਸ ਵਿੱਚ ਇੱਕ ਰੰਗਪਟਨਮ ਦੀ ਸੰਧੀ ਹੋਈ ਸੀ, ਜਿਹੜੀ ਕਿ 1792 ਵਿੱਚ ਟਿੱਪੂ ਸੁਲਤਾਨ ਦੇ ਹਸਤਾਕਸ਼ਰ ਨਾਲ ਹੋਈ ਸੀ ਅਤੇ ਇਸ ਦੇ ਨਾਲ ਹੀ ਇਹ ਯੁੱਧ ਖਤਮ ਹੋਇਆ ਸੀ। ਚੌਥੀ ਐਂਗਲੋ ਮੈਸੂਰ ਜੰਗ, ਇਹ 1799 ਈਸਵੀ ਵਿਚਕਾਰ ਲੜੀ ਗਈ ਸੀ। ਗਵਰਨਰ ਇਸ ਸਮੇਂ ਲਾਰਡ ਵੈਲੇਸਲੀ ਗਵਰਨਰ ਸੀ। 1799 ਵਿੱਚ ਮੈਸੂਰ ਦੀ ਰਾਜਧਾਨੀ ਸ਼੍ਰੀ ਰੰਗਪਟਨਮ ਦਾ ਬਚਾਅ ਕਰਦੇ ਹੋਏ ਟਿੱਪੂ ਸੁਲਤਾਨ ਦੀ ਮੌਤ ਹੋ ਜਾਂਦੀ ਹੈ। ਫ੍ਰੈਂਚਾਂ ਦਾ ਬ੍ਰਿਟਿਸ਼ ਲਈ ਖਤਰਾ 1799 ਤੱਕ ਖਤਮ ਹੋ ਜਾਂਦਾ ਹੈ। ਟਿੱਪੂ ਸੁਲਤਾਨ ਕਿਸ ਲੜਾਈ ਵਿੱਚ ਮਾਰਿਆ ਗਿਆ ਸੀ?
ਸ਼੍ਰੀ ਰੰਗਪਟਨਮ ਦੀ ਲੜਾਈ ਵਿੱਚ 4 ਮਈ 1799 ਵਿੱਚ। ਕਿਸ ਯੁੱਧ ਤੋਂ ਬਾਅਦ ਮਰਾਠਾ ਰਾਜ ਦੇ ਟੁਕੜੇ ਹੋ ਗਏ? ਪਾਣੀਪਤ ਦੀ ਤੀਜੀ ਲੜਾਈ ਤੋਂ ਬਾਅਦ, ਜਿਹੜੀ ਕਿ 1761 ਵਿੱਚ ਹੋਈ ਸੀ। ਪਾਣੀਪਤ ਦੀ ਤੀਜੀ ਲੜਾਈ ਤੋਂ ਬਾਅਦ ਜਦੋਂ ਮਰਾਠਾ ਰਾਜ ਦੇ ਟੁਕੜੇ ਹੋ ਗਏ ਸੀ, ਕਿਸ ਨੇ ਇਸ ਦੀ ਬਾਗਡੋਰ ਸੰਭਾਲੀ? ਤਾਂ ਸਿੰਧਿਆ, ਹੋਲਕਰ, ਗਾਇਕਵਾੜ ਅਤੇ ਭੋਸਲੇ ਨੇ ਇਸ ਦੀ ਬਾਗਡੋਰ ਸੰਭਾਲੀ ਸੀ। ਰਾਜ ਮੰਡਲ ਦਾ ਫੌਜੀ ਅਤੇ ਪ੍ਰਸ਼ਾਸਨਿਕ ਮੁਖੀ ਕੌਣ ਸੀ? ਪੇਸ਼ਵਾ। ਰਾਜੇ, ਕਿਸਾਨ, ਜ਼ਿਮੀਂਦਾਰ, ਆਦਿਵਾਸੀ ਅਤੇ ਸਮਾਜ ਦਾ ਹਰ ਵਰਗ ਅਸੰਤੁਸ਼ਟ ਸਨ ਈਸਟ ਇੰਡੀਆ ਕੰਪਨੀ ਦੀਆਂ ਨੀਤੀਆਂ ਤੋਂ। ਈਸਟ ਇੰਡੀਆ ਕੰਪਨੀ ਨੇ ਕਿਸ ਨੀਤੀ ਦੇ ਤਹਿਤ 18ਵੀਂ ਸਦੀ ਵਿੱਚ ਰਾਜਿਆਂ ਦੀ ਸ਼ਕਤੀ ਨੂੰ ਜ਼ਬਰਦਸਤੀ ਖੋ ਲਿਆ ਸੀ? ਤਾਂ ਉਹਨਾਂ ਨੇ ਹੜੱਪਣ ਦੀ ਨੀਤੀ ਅਤੇ ਸਹਾਇਕ ਸੰਧੀ ਰਾਹੀਂ ਰਾਜਿਆਂ ਦੀ ਸ਼ਕਤੀ ਨੂੰ ਖੋ ਲਿਆ ਸੀ। ਕਿਸ ਨੇ 1849 ਵਿੱਚ ਐਲਾਨ ਕੀਤਾ ਸੀ ਕਿ ਬਹਾਦਰ ਸ਼ਾਹ ਜ਼ਫਰ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੂੰ ਲਾਲ ਕਿਲ੍ਹੇ ਤੋਂ ਬਾਹਰ ਕੱਢ ਦਿੱਤਾ ਜਾਵੇਗਾ? ਤਾਂ ਇਹ ਐਲਾਨ ਕੀਤਾ ਸੀ ਲਾਰਡ ਡਲਹੌਜ਼ੀ ਨੇ। ਕਿਸ ਅੰਗਰੇਜ਼ ਅਫਸਰ ਨੇ 1856 ਵਿੱਚ ਬਹਾਦਰ ਸ਼ਾਹ ਜ਼ਫਰ ਨੂੰ ਆਖਰੀ ਮੁਗਲ ਬਾਦਸ਼ਾਹ ਘੋਸ਼ਿਤ ਕੀਤਾ? ਲਾਰਡ ਕੈਨਿੰਗ ਨੇ। ਝਾਂਸੀ ਦੀ ਰਾਣੀ ਲਕਸ਼ਮੀ ਬਾਈ ਅੰਗਰੇਜ਼ਾਂ ਤੋਂ ਅਸੰਤੁਸ਼ਟ ਕਿਉਂ ਸੀ? ਅੰਗਰੇਜ਼ਾਂ ਨੇ ਗੋਦ ਲਏ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਗੋਦ ਲੈਣ ਦੀ ਮਨਾਹੀ ਦੇ ਤਹਿਤ ਝਾਂਸੀ ਨੂੰ ਆਪਣੇ ਨਾਲ ਮਿਲਾ ਲਿਆ ਸੀ। ਪੇਸ਼ਵਾ ਬਾਜੀਰਾਓ ਦੂਜਾ ਅੰਗਰੇਜ਼ਾਂ ਤੋਂ ਅਸੰਤੁਸ਼ਟ ਕਿਉਂ ਸੀ? ਬਾਜੀਰਾਓ ਦੂਜੇ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਨਾਨਾ ਸਾਹਿਬ ਨੂੰ ਪੈਨਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 1857 ਦੀ ਕ੍ਰਾਂਤੀ ਦੇ ਸਮਾਜਿਕ ਕਾਰਨ ਕੀ ਸਨ? ਸਤੀ ਪ੍ਰਥਾ 'ਤੇ ਪਾਬੰਦੀ, ਵਿਧਵਾ ਪੁਨਰ ਵਿਵਾਹ ਦੀ ਪ੍ਰਥਾ, ਅੰਗਰੇਜ਼ੀ ਸਿੱਖਿਆ 'ਤੇ ਜ਼ੋਰ, ਪੇਂਡੂ ਭਾਰਤੀਆਂ ਦਾ ਈਸਾਈਕਰਨ ਅਤੇ ਸਮਾਜਿਕ ਰੀਤੀ ਰਿਵਾਜਾਂ ਅਤੇ ਰਿਵਾਇਤੀ ਜੀਵਨ ਸ਼ੈਲੀ ਦਾ ਵਿਨਾਸ਼। 1857 ਦੀ ਕ੍ਰਾਂਤੀ ਕਿੱਥੇ ਸ਼ੁਰੂ ਹੋਈ? ਮੇਰਠ ਵਿੱਚ। ਮੰਗਲ ਪਾਂਡੇ ਨੂੰ ਕਿਉਂ ਫਾਂਸੀ ਦਿੱਤੀ ਗਈ ਸੀ? 29 ਮਾਰਚ 1857 ਨੂੰ ਮੰਗਲ ਪਾਂਡੇ ਨੂੰ ਬੈਰਕਪੁਰ ਵਿੱਚ ਆਪਣੇ ਅਫਸਰਾਂ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ। ਸਿਪਾਹੀਆਂ ਵਿੱਚ ਅਸੰਤੁਸ਼ਟੀ ਦਾ ਕਾਰਨ ਕੀ ਸੀ? ਕਾਰਤੂਸਾਂ 'ਤੇ ਗਾਂ ਅਤੇ ਸੂਰ ਦੀ ਚਰਬੀ ਦੀ ਪਰਤ। ਗਾਂ ਅਤੇ ਸੂਰ ਦੀ ਚਰਬੀ ਵਾਲੇ ਕਾਰਤੂਸ ਦੀ ਵਰਤੋਂ ਨਾ ਕਰਨ 'ਤੇ ਕਿੰਨੇ ਸਿਪਾਹੀਆਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ? 9 ਮਈ 1857 ਵਿੱਚ 85 ਸਿਪਾਹੀਆਂ ਨੂੰ ਗਾਂ ਅਤੇ ਸੂਰ ਦੇ ਚਰਬੀ ਵਾਲੇ ਕਾਰਤੂਸ ਦੀ ਵਰਤੋਂ ਨਾ ਕਰਨ 'ਤੇ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੈਨਿਕਾਂ ਦੁਆਰਾ ਕ੍ਰਾਂਤੀ ਦਾ ਨੇਤਾ ਕਿਸ ਨੂੰ ਘੋਸ਼ਿਤ ਕੀਤਾ ਗਿਆ ਸੀ? ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ। ਕ੍ਰਾਂਤੀ ਦਾ ਨੇਤਾ ਬਣਨ ਤੋਂ ਬਾਅਦ ਬਹਾਦਰ ਸ਼ਾਹ ਜ਼ਫਰ ਨੇ ਕੀ ਕੀਤਾ? ਉਸਨੇ ਬਗਾਵਤ ਦਾ ਸਮਰਥਨ ਕੀਤਾ ਅਤੇ ਸਾਰੇ ਰਿਆਸਤਾਂ ਨੂੰ ਪੱਤਰ ਲਿਖ ਕੇ ਬਗਾਵਤ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਕਾਨਪੁਰ ਵਿੱਚ ਕਿਸਨੇ ਬਗਾਵਤ ਕੀਤੀ? ਤਾਂ ਕਾਨਪੁਰ ਵਿੱਚ ਪੇਸ਼ਵਾ
ਬਾਜੀਰਾਓ ਦਾ ਗੋਦ ਲਿਆ ਪੁੱਤਰ ਨਾਨਾ ਸਾਹਿਬ ਨੇ ਬਗਾਵਤ ਕੀਤੀ। ਲਖਨਊ ਵਿੱਚ ਕ੍ਰਾਂਤੀ ਦੀ ਅਗਵਾਈ ਕਿਸਨੇ ਕੀਤੀ? ਲਖਨਊ ਵਿੱਚ ਹਜ਼ਰਤ ਮਹਿਲ ਨੇ ਕ੍ਰਾਂਤੀ ਦੀ ਅਗਵਾਈ ਕੀਤੀ। ਝਾਂਸੀ ਵਿੱਚ ਕ੍ਰਾਂਤੀ ਦੀ ਅਗਵਾਈ ਕਿਸਨੇ ਕੀਤੀ? ਝਾਂਸੀ ਵਿੱਚ ਰਾਣੀ ਲਕਸ਼ਮੀ ਬਾਈ ਨੇ ਨਾਨਾ ਸਾਹਿਬ ਦੇ ਸੈਨਾਪਤੀ ਤਾਤਿਆ ਟੋਪੀ ਦੇ ਨਾਲ ਅਗਵਾਈ ਕੀਤੀ ਸੀ। ਫੈਜ਼ਾਬਾਦ ਵਿੱਚ ਕ੍ਰਾਂਤੀ ਦੀ ਅਗਵਾਈ ਕਿਸਨੇ ਕੀਤੀ? ਮੌਲਵੀ ਅਹਿਮਦੁੱਲਾ ਸ਼ਾਹ ਨੇ। ਬਿਹਾਰ ਵਿੱਚ ਕ੍ਰਾਂਤੀ ਦੀ ਅਗਵਾਈ ਕਿਸਨੇ ਕੀਤੀ? ਤਾਂ ਬਿਹਾਰ ਵਿੱਚ ਜ਼ਿਮੀਂਦਾਰ ਕੁੰਵਰ ਸਿੰਘ ਨੇ ਕ੍ਰਾਂਤੀ ਦੀ ਅਗਵਾਈ ਕੀਤੀ। ਈਸਟ ਇੰਡੀਆ ਕੰਪਨੀ ਨੇ ਬਗਾਵਤ ਨੂੰ ਦਬਾਉਣ ਲਈ ਕੀ ਕੀਤਾ? ਇਹਨਾਂ ਨੇ ਇੰਗਲੈਂਡ ਤੋਂ ਸੈਨਿਕਾਂ ਨੂੰ ਬੁਲਾਇਆ, ਬਗਾਵਤ ਦੇ ਮੁੱਖ ਕੇਂਦਰਾਂ 'ਤੇ ਹਮਲਾ ਕੀਤਾ। ਈਸਟ ਇੰਡੀਆ ਕੰਪਨੀ ਨੇ ਬਹਾਦਰ ਸ਼ਾਹ ਜ਼ਫਰ ਅਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਕਿੱਥੇ ਭੇਜਿਆ? ਰੰਗੂਨ ਜੇਲ੍ਹ ਵਿੱਚ ਭੇਜ ਦਿੱਤਾ। ਬਹਾਦਰ ਸ਼ਾਹ ਜ਼ਫਰ ਦੀ ਰੰਗੂਨ ਜੇਲ੍ਹ ਵਿੱਚ ਮੌਤ ਕਦੋਂ ਹੋਈ? 1862 ਵਿੱਚ। ਕ੍ਰਾਂਤੀ ਤੋਂ ਬਾਅਦ ਕਿਹੜੀਆਂ ਤਬਦੀਲੀਆਂ ਆਈਆਂ? ਤਾਂ ਬ੍ਰਿਟਿਸ਼ ਸੰਸਦ ਨੇ 1858 ਵਿੱਚ ਇੱਕ ਨਵਾਂ ਕਾਨੂੰਨ ਪਾਸ ਕੀਤਾ। ਈਸਟ ਇੰਡੀਆ ਕੰਪਨੀ ਦੇ ਸਾਰੇ ਅਧਿਕਾਰ ਬ੍ਰਿਟਿਸ਼ ਸਾਮਰਾਜ ਦੇ ਹਵਾਲੇ ਕਰ ਦਿੱਤੇ ਗਏ। ਬ੍ਰਿਟਿਸ਼ ਸਾਮਰਾਜ ਦੇ ਮੰਤਰੀ ਨੂੰ ਭਾਰਤ ਦਾ ਮੰਤਰੀ ਬਣਾਇਆ ਗਿਆ ਅਤੇ ਉਸ ਦੀ ਸਹਾਇਤਾ ਲਈ ਇੱਕ ਕੌਂਸਲ ਵੀ ਬਣਾਈ ਗਈ ਸੀ। ਭਾਰਤ ਦੇ ਮੰਤਰੀ ਦੀ ਸਹਾਇਤਾ ਲਈ ਬਣਾਈ ਗਈ ਕੌਂਸਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਇੰਡੀਆ ਕੌਂਸਲ ਦੇ ਨਾਂ ਨਾਲ। ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਬਦਲਿਆ ਗਿਆ ਸੀ ਵਾਇਸਰਾਏ ਵਿੱਚ। 1857 ਦੀ ਕ੍ਰਾਂਤੀ ਤੋਂ ਬਾਅਦ ਕਿੱਥੋਂ ਦੇ ਸਿਪਾਹੀ ਭਰਤੀ ਹੋਏ? ਗੋਰਖਾ, ਸਿੱਖ ਅਤੇ ਮਰਾਠਾ ਫੌਜ। ਕਿਸ ਦੀ ਅਗਵਾਈ ਹੇਠ ਚੀਨ ਵਿੱਚ ਬਗਾਵਤ ਹੋਈ ਸੀ? ਹੋਂਗ ਜਿਉਂਕੁਆਂਗ ਦੀ ਅਗਵਾਈ ਹੇਠ, ਜਿਸ ਨੂੰ ਤਾਈਪਿੰਗ ਵਿਦਰੋਹ ਵੀ ਕਿਹਾ ਜਾਂਦਾ ਹੈ। 1850 ਦੇ ਦਹਾਕੇ ਵਿੱਚ ਲੋਹੇ ਅਤੇ ਸਟੀਲ ਉਦਯੋਗ ਦੇ ਵਧਣ ਫੁੱਲਣ ਕਾਰਨ ਬ੍ਰਿਟੇਨ ਨੂੰ ਡੈਸ਼ ਵਜੋਂ ਜਾਣਿਆ ਜਾਣ ਲੱਗਾ, ਤਾਂ ਵਿਸ਼ਵ ਦੀ ਫੈਕਟਰੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਭਾਰਤ ਦਾ ਕਿਹੜਾ ਸਥਾਨ 1750 ਵਿੱਚ ਟੈਕਸਟਾਈਲ ਉਤਪਾਦਨ ਦੇ ਖੇਤਰ ਵਿੱਚ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ? ਬੰਗਾਲ। ਕੈਲੀਕੋ ਸ਼ਬਦ ਕਿਸ ਲਈ ਵਰਤਿਆ ਜਾਂਦਾ ਹੈ? ਤਾਂ ਕੈਲੀਕੋ ਸ਼ਬਦ ਸੂਤੀ ਕੱਪੜੇ ਲਈ ਵਰਤਿਆ ਜਾਂਦਾ ਹੈ। ਜੌਨ ਸ਼ਿਪਿੰਗ ਜੈਨੀ ਕੱਪੜੇ ਬਣਾਉਣ ਵਾਲੀ ਮਸ਼ੀਨ ਦੀ ਖੋਜ ਕਦੋਂ ਕੀਤੀ ਗਈ? 1764 ਵਿੱਚ। ਪਾਫ ਇੰਜਨ ਦੀ ਖੋਜ ਕਿਸਨੇ ਕੀਤੀ? ਤਾਂ ਇਸਦੀ 1786 ਵਿੱਚ ਰਿਚਰਡ ਐਕਰਾਈਟ ਨੇ ਇਸਦੀ ਖੋਜ ਕੀਤੀ ਸੀ। 1931 ਭਾਰਤੀ ਰਾਸ਼ਟਰੀ ਕਾਂਗਰਸ ਨੇ ਤਿਰੰਗੇ ਝੰਡੇ ਦੀ ਵਿਚਕਾਰਲੀ ਪੱਟੀ ਵਿੱਚ ਕਿਸ ਨੂੰ ਥਾਂ ਦਿੱਤੀ? ਤਾਂ 1931 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਤਿਰੰਗੇ ਦੀ ਵਿਚਕਾਰਲੀ ਪੱਟੀ ਵਿੱਚ ਚਰਖੇ ਨੂੰ ਥਾਂ ਦਿੱਤੀ। ਭਾਰਤ ਵਿੱਚ ਪਹਿਲੀ ਸੂਤੀ ਟੈਕਸਟਾਈਲ ਮਿੱਲ ਕਦੋਂ ਸਥਾਪਿਤ ਕੀਤੀ ਗਈ ਸੀ? 1854 ਵਿੱਚ ਮੁੰਬਈ ਵਿੱਚ। ਅਹਿਮਦਾਬਾਦ ਵਿੱਚ ਪਹਿਲੀ ਸੂਤੀ ਟੈਕਸਟਾਈਲ ਮਿੱਲ ਕਦੋਂ ਖੋਲ੍ਹੀ ਗਈ ਸੀ? 1861 ਵਿੱਚ। ਟੀਪੂ ਸੁਲਤਾਨ ਦੀ ਤਲਵਾਰ ਕਿਸ ਸਟੀਲ ਦੀ ਬਣੀ ਹੋਈ ਹੈ? ਬੂਟਡ ਸਟੀਲ ਦੀ। ਟੀਪੂ ਸੁਲਤਾਨ ਦੀ ਤਲਵਾਰ ਕਿੱਥੇ ਰੱਖੀ ਗਈ ਹੈ? ਇੰਗਲੈਂਡ ਦੇ ਅਜਾਇਬ ਘਰ ਵਿੱਚ।
ਦੁਨੀਆ ਦੇ ਸਭ ਤੋਂ ਵਧੀਆ ਲੋਹੇ ਦੇ ਭੰਡਾਰ ਲਈ ਕਿਹੜੀਆਂ ਪਹਾੜੀਆਂ ਜਾਣੀਆਂ ਜਾਂਦੀਆਂ ਹਨ? ਰਜ਼ਾਰਾ ਪਹਾੜੀਆਂ। ਟਾਟਾ ਆਇਰਨ ਐਂਡ ਸਟੀਲ ਕੰਪਨੀ ਦੀ ਸਥਾਪਨਾ ਕਦੋਂ ਹੋਈ? 26 ਅਗਸਤ 1907 ਵਿੱਚ। ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਕਿਸਨੇ ਕੀਤੀ? ਵਿਲੀਅਮ ਜੋਨਸ ਨੇ। ਵਿਲੀਅਮ ਜੋਨਸ ਨੇ ਕਿਹੜਾ ਮੈਗਜ਼ੀਨ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ? ਏਸ਼ੀਆਟਿਕ ਰਿਸਰਚ। ਕੋਲਕਾਤਾ ਵਿੱਚ ਮਦਰਸਾ ਕਦੋਂ ਸਥਾਪਿਤ ਕੀਤਾ ਗਿਆ ਸੀ? 1781 ਵਿੱਚ। ਬਨਾਰਸ ਵਿੱਚ ਹਿੰਦੂ ਕਾਲਜ ਕਦੋਂ ਸਥਾਪਿਤ ਕੀਤਾ ਗਿਆ ਸੀ? 1791 ਵਿੱਚ। ਮਿਆਰੀ ਭਾਸ਼ਾ ਤੋਂ ਇਲਾਵਾ ਕਿਸੇ ਵੀ ਸਥਾਨਕ ਭਾਸ਼ਾ ਜਾਂ ਉਪ ਭਾਸ਼ਾ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ? ਵਰਨਾਕੂਲਰ। ਕੌਣ ਭਾਰਤ ਨੂੰ ਇੱਕ ਅਸਭਿਅਕ ਦੇਸ਼ ਮੰਨਦਾ ਸੀ? ਥਾਮਸ ਬੈਬਿੰਗਟਨ ਮੈਕਾਲ। ਕਿਸਨੇ ਕਿਹਾ ਕਿ ਇੱਕ ਚੰਗੀ ਯੂਰੋਪੀਅਨ ਲਾਇਬ੍ਰੇਰੀ ਦਾ ਸਿਰਫ ਇੱਕ ਖਾਨਾ ਹੀ ਭਾਰਤ ਅਤੇ ਅਰਬ ਦੇ ਸਮੁੱਚੇ ਸਥਾਨਕ ਸਾਹਿਤ ਦੇ ਬਰਾਬਰ ਹੈ? ਤਾਂ ਇਹ ਕਿਹਾ ਸੀ ਥਾਮਸ ਮੈਕਾਲੇ ਨੇ। ਅੰਗਰੇਜ਼ੀ ਸਿੱਖਿਆ ਐਕਟ ਕਦੋਂ ਪਾਸ ਹੋਇਆ? 1835 ਵਿੱਚ। ਅੰਗਰੇਜ਼ੀ ਸਿੱਖਿਆ ਐਕਟ ਕਿਸਨੇ ਪਾਸ ਕੀਤਾ? ਥਾਮਸ ਬੈਬਿੰਗਟਨ ਮੈਕਾਲੇ ਨੇ। ਵੂਡਸ ਡਿਸਪੈਚ ਕੀ ਹੈ? 1854 ਵਿੱਚ ਈਸਟ ਇੰਡੀਆ ਕੰਪਨੀ ਦੇ ਲੰਡਨ ਸਥਿਤ ਅਦਾਲਤ ਨੇ ਸਿੱਖਿਆ ਦੇ ਸੰਬੰਧ ਵਿੱਚ ਭਾਰਤੀ ਗਵਰਨਰ ਜਨਰਲ ਨੂੰ ਇੱਕ ਨੋਟ ਭੇਜਿਆ। ਕੰਪਨੀ ਦੇ ਬੋਰਡ ਆਫ ਕੰਟਰੋਲ ਦੇ ਚੇਅਰਮੈਨ ਚਾਰਲਸ ਵੁੱਡ ਦੇ ਨਾਂ 'ਤੇ ਜਾਰੀ ਕੀਤੇ ਇਸ ਸੰਦੇਸ਼ ਨੂੰ ਵੁੱਡ ਡਿਸਪੈਚ ਕਿਹਾ ਜਾਂਦਾ ਹੈ। ਕਿਸਨੇ ਕਿਹਾ ਕਿ ਬਸਤੀਵਾਦੀ ਸਿੱਖਿਆ ਨੇ ਭਾਰਤੀਆਂ ਦੇ ਮਨਾਂ ਵਿੱਚ ਹੀਨਤਾ ਦੀ ਭਾਵਨਾ ਪੈਦਾ ਕੀਤੀ ਹੈ? ਤਾਂ ਇਹ ਕਿਹਾ ਸੀ ਮਹਾਤਮਾ ਗਾਂਧੀ ਜੀ ਨੇ। ਸਿੱਖਿਆ ਬਾਰੇ ਮਹਾਤਮਾ ਗਾਂਧੀ ਜੀ ਦੇ ਕੀ ਵਿਚਾਰ ਸਨ? ਮਹਾਤਮਾ ਗਾਂਧੀ ਜੀ ਦਾ ਵਿਚਾਰ ਸੀ ਕਿ ਸਿੱਖਿਆ ਕੇਵਲ ਭਾਰਤੀ ਭਾਸ਼ਾ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਰਵਿੰਦਰਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਦੀ ਸਥਾਪਨਾ ਕਦੋਂ ਕੀਤੀ ਸੀ? 1901 ਵਿੱਚ। ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਕੀਤੀ? ਰਾਜਾ ਰਾਮਮੋਹਨ ਰਾਏ ਜੀ ਨੇ। ਰਾਜਾ ਰਾਮਮੋਹਨ ਰਾਏ ਜੀ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਸੀ? ਤਾਂ ਇਹ ਕੀਤੀ ਸੀ ਕੋਲਕਾਤਾ ਵਿੱਚ। ਸਤੀ ਪ੍ਰਥਾ ਦੇ ਖਿਲਾਫ ਸਮਾਜ ਸੁਧਾਰ ਦਾ ਕੰਮ ਕਿਸਨੇ ਕੀਤਾ ਸੀ? ਰਾਜਾ ਰਾਮਮੋਹਨ ਰਾਏ ਜੀ ਨੇ। ਸਤੀ ਪ੍ਰਥਾ 'ਤੇ ਕਦੋਂ ਪਾਬੰਦੀ ਲਗਾਈ ਗਈ ਸੀ? 1829 ਵਿੱਚ। ਕਿਨ੍ਹਾਂ ਦੇ ਯਤਨਾਂ ਨਾਲ 1856 ਵਿੱਚ ਵਿਧਵਾ ਪੁਨਰਵਿਵਾਹ ਵਿਰੁੱਧ ਕਾਨੂੰਨ ਪਾਸ ਕੀਤਾ ਗਿਆ? ਤਾਂ ਈਸ਼ਵਰ ਚੰਦਰ ਵਿਦਿਆਸਾਗਰ ਜੀ ਦੇ ਯਤਨਾਂ ਨਾਲ 1856 ਵਿੱਚ ਵਿਧਵਾ ਪੁਨਰਵਿਵਾਹ ਦੇ ਵਿਰੁੱਧ ਕਾਨੂੰਨ ਪਾਸ ਕੀਤਾ ਗਿਆ ਸੀ। ਆਰਿਆ ਸਮਾਜ ਦੀ ਸਥਾਪਨਾ ਕਿਸਨੇ ਕੀਤੀ ਸੀ? ਸਵਾਮੀ ਦਯਾਨੰਦ ਸਰਸਵਤੀ ਨੇ। ਮਹਾਰਾਸ਼ਟਰ ਵਿੱਚ ਲੜਕੀਆਂ ਦੇ ਸਕੂਲ ਕਿਸਨੇ ਖੋਲ੍ਹੇ? ਜੋਤੀਬਾ ਰਾਓ ਫੁੱਲੇ ਜੀ ਨੇ। ਕੋਲਕਾਤਾ ਅਤੇ ਪਟਨਾ ਵਿੱਚ ਮੁਸਲਮਾਨ ਲੜਕੀਆਂ ਲਈ ਸਕੂਲ ਖੋਲ੍ਹੇ ਸੀ? ਬੇਗਮ ਰੁਕਈਆ ਸਖਾਵਤ ਹੁਸੈਨ। ਕਿਹੜੀ ਔਰਤ ਵਿਦਵਾਨ ਮੰਨਦੀ ਸੀ ਕਿ ਹਿੰਦੂ ਧਰਮ ਔਰਤਾਂ 'ਤੇ ਜ਼ੁਲਮ ਕਰਦਾ ਹੈ? ਰਾਮਾਬਾਈ। 1929 ਦੇ ਬਾਲ ਵਿਵਾਹ ਰੋਕ ਕਾਨੂੰਨ ਵਿੱਚ ਲੜਕੇ ਅਤੇ ਲੜਕੀਆਂ ਦੀ ਉਮਰ ਕਿੰਨੀ ਸੀ? ਲੜਕੇ ਦੀ ਉਮਰ 18 ਸਾਲ ਅਤੇ ਲੜਕੀ ਦੀ ਉਮਰ 16 ਸਾਲ।
ਪਰਮਹੰਸ ਮੰਡਲੀ ਦੀ ਸਥਾਪਨਾ ਕਿਸਨੇ ਕੀਤੀ ਸੀ? ਰਾਮ ਮੋਹਨ ਰਾਏ ਜੀ ਨੇ 1840 ਵਿੱਚ। ਜੋਤੀਬਾ ਰਾਓ ਫੁੱਲੇ ਦਾ ਜਨਮ ਕਦੋਂ ਹੋਇਆ ਸੀ? 1827 ਵਿੱਚ। ਜੋਤੀਬਾ ਰਾਓ ਫੁੱਲੇ ਦਾ ਕੀ ਵਿਸ਼ਵਾਸ ਸੀ? ਉਹ ਉੱਚ ਜਾਤੀਆਂ ਨੂੰ ਆਪਣੀ ਜ਼ਮੀਨ ਅਤੇ ਸੱਤਾ 'ਤੇ ਕੋਈ ਹੱਕ ਨਹੀਂ, ਇਹ ਜ਼ਮੀਨ ਇੱਥੋਂ ਦੇ ਮੂਲ ਨਿਵਾਸੀ ਅਤੇ ਨੀਵੀਂ ਜਾਤ ਦੇ ਲੋਕਾਂ ਦੀ ਹੈ। ਸੱਤਿਆਸੋਧਕ ਸਮਾਜ ਦੀ ਸਥਾਪਨਾ ਕਿਸਨੇ ਕੀਤੀ? ਤਾਂ ਸੱਤਿਆਸੋਧਕ ਸਮਾਜ ਦੀ ਸਥਾਪਨਾ ਕੀਤੀ ਸੀ ਜੋਤੀਬਾ ਰਾਓ ਫੁੱਲੇ ਜੀ ਨੇ। ਗੁਲਾਮਗਿਰੀ ਨਾਮ ਦੀ ਕਿਤਾਬ ਕਿਸਨੇ ਲਿਖੀ? ਜੋਤੀਬਾ ਰਾਓ ਫੁੱਲੇ ਨੇ 1873 ਵਿੱਚ। ਅੰਬੇਦਕਰ ਦਾ ਜਨਮ ਕਿਸ ਪਰਿਵਾਰ ਵਿੱਚ ਹੋਇਆ ਸੀ? ਤਾਂ ਮਹਾਰ ਜਾਤੀ ਦੇ ਪਰਿਵਾਰ ਵਿੱਚ ਹੋਇਆ ਸੀ। ਅੰਬੇਦਕਰ ਨੇ ਮੰਦਿਰ ਪ੍ਰਵੇਸ਼ ਅੰਦੋਲਨ ਕਦੋਂ ਸ਼ੁਰੂ ਕੀਤਾ? 1927 ਵਿੱਚ। ਵੇਦਾਂ ਪੁਰਾਣਾਂ ਅਤੇ ਭਗਵਤ ਗੀਤਾ ਅਤੇ ਰਮਾਇਣ ਦਾ ਕੋੜਾ ਆਲੋਚਕ ਕੌਣ ਸੀ? ਰਾਮਾਸਵਾਮੀ ਨਾਇਕਰ। ਪ੍ਰਾਰਥਨਾ ਸਮਾਜ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ਸੀ? ਤਾਂ ਪ੍ਰਾਰਥਨਾ ਸਮਾਜ ਦੀ ਸਥਾਪਨਾ 1867 ਵਿੱਚ ਮੁੰਬਈ ਵਿੱਚ ਹੋਈ ਸੀ। ਵੇਦ ਸਮਾਜ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ? 1864 ਵਿੱਚ ਮਦਰਾਸ ਵਿੱਚ ਵੇਦ ਸਮਾਜ ਦੀ ਸਥਾਪਨਾ ਹੋਈ ਸੀ। ਸਿੰਘ ਸਭਾ ਦੀ ਸਥਾਪਨਾ ਕਦੋਂ ਹੋਈ ਸੀ? ਤਾਂ ਸਿੰਘ ਸਭਾ ਦੀ ਸਥਾਪਨਾ ਅੰਮ੍ਰਿਤਸਰ ਵਿੱਚ 1873 ਵਿੱਚ ਹੋਈ ਸੀ। ਹਥਿਆਰ ਐਕਟ ਕਦੋਂ ਪਾਸ ਹੋਇਆ? 1878 ਵਿੱਚ। ਅਸਲਾ ਐਕਟ ਕੀ ਹੈ? ਭਾਰਤੀ ਹਥਿਆਰ ਨਹੀਂ ਰੱਖ ਸਕਦੇ, ਹਥਿਆਰ ਰੱਖਣ ਦਾ ਅਧਿਕਾਰ ਉਹਨਾਂ ਤੋਂ ਖੋਹ ਲਿਆ ਗਿਆ ਹੈ, ਇਸ ਨੂੰ ਅਸਲਾ ਐਕਟ ਕਿਹਾ ਜਾਂਦਾ ਹੈ। ਵਰਨਾਕੂਲਰ ਪ੍ਰੈਸ ਐਕਟ ਕਦੋਂ ਪਾਸ ਕੀਤਾ ਗਿਆ ਸੀ? 1878 ਵਿੱਚ। ਵਰਨਾਕੂਲਰ ਪ੍ਰੈਸ ਐਕਟ ਦੀ ਕੀ ਵਿਵਸਥਾ ਸੀ? ਇਸ ਕਾਨੂੰਨ ਵਿੱਚ ਇਹ ਵਿਵਸਥਾ ਸੀ ਕਿ ਜੇਕਰ ਕਿਸੇ ਅਖਬਾਰ ਵਿੱਚ ਕੋਈ ਇਤਰਾਜ਼ਯੋਗ ਗੱਲ ਛਪਦੀ ਹੈ ਤਾਂ ਸਰਕਾਰ ਉਸਦੀ ਪ੍ਰਿੰਟਿੰਗ ਪ੍ਰੈਸ ਸਮੇਤ ਉਸਦੀ ਸਾਰੀ ਜਾਇਦਾਦ ਜ਼ਬਤ ਕਰ ਸਕਦੀ ਹੈ। ਇਲਬਰਟ ਬਿੱਲ ਕਦੋਂ ਲਾਗੂ ਹੋਇਆ? ਤਾਂ ਇਲਬਰਟ ਬਿੱਲ 1883 ਵਿੱਚ ਲਾਗੂ ਹੋਇਆ। ਦੇਸ਼ ਦੇ 72 ਪ੍ਰਤੀਨਿਧਾਂ ਦੀ ਮੀਟਿੰਗ ਮੁੰਬਈ ਵਿੱਚ ਕਦੋਂ ਬੁਲਾਈ ਗਈ ਸੀ? ਤਾਂ ਇਹ 1885 ਵਿੱਚ ਬੁਲਾਈ ਗਈ ਸੀ। ਕਾਂਗਰਸ ਦੀ ਸਥਾਪਨਾ ਕਦੋਂ ਹੋਈ? ਤਾਂ ਕਾਂਗਰਸ ਦੀ ਸਥਾਪਨਾ 1885 ਵਿੱਚ ਹੋਈ ਸੀ। ਕਾਂਗਰਸ ਦੇ ਮੁੱਢਲੇ ਆਗੂ ਕੌਣ ਸਨ? ਦਾਦਾ ਭਾਈ ਨਰੋਜੀ, ਫਿਰੋਜ਼ ਸ਼ਾਹ ਮਹਿਤਾ, ਬਦਰੂਦੀਨ ਤੈਯਬ ਜੀ, ਡਬਲਿਊ ਸੀ ਬੈਨਰਜੀ, ਸੁਰਿੰਦਰ ਨਾਥ ਬੈਨਰਜੀ, ਰਮੋਸ਼ ਚੰਦਰ ਦੱਤ ਅਤੇ ਐਸ ਸੁਬਰਮਨਿਅਮ। ਕਾਂਗਰਸ ਦੀ ਸਥਾਪਨਾ ਵਿੱਚ ਕਿਸਨੇ ਮੁੱਖ ਭੂਮਿਕਾ ਨਿਭਾਈ? ਸੇਵਾ ਮੁਕਤ ਅੰਗਰੇਜ਼ ਅਫਸਰ A.O. ਹਿਊਮ ਨੇ। ਕਿਸ ਕਿਤਾਬ ਵਿੱਚ ਦਾਦਾ ਭਾਈ ਨਰੋਜੀ ਨੇ ਬ੍ਰਿਟਿਸ਼ ਸ਼ਾਸਨ ਦੀ ਆਰਥਿਕ ਨੀਤੀਆਂ ਦੀ ਆਲੋਚਨਾ ਕੀਤੀ? ਤਾਂ ਇਹ ਬੁੱਕ ਸੀ ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ। ਕਿਸਨੇ ਕਿਹਾ ਕਿ ਲੋਕਾਂ ਨੂੰ ਆਪਣੀ ਤਾਕਤ 'ਤੇ ਭਰੋਸਾ ਕਰਨਾ ਚਾਹੀਦਾ ਹੈ, ਨਾ ਕਿ ਸਰਕਾਰ ਦੇ ਚੰਗੇ ਇਰਾਦਿਆਂ 'ਤੇ? ਵਿਪਿਨ ਚੰਦਰ ਪਾਲ, ਬਾਲ ਗੰਗਾਧਰ ਤਿਲਕ ਅਤੇ ਲਾਲਾ ਲਾਜਪਤ ਰਾਏ ਜੀ ਨੇ। ਆਜ਼ਾਦੀ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਹਾਸਿਲ ਕਰਾਂਗਾ, ਇਹ ਨਾਰਾ ਕਿਸਨੇ ਦਿੱਤਾ? ਬਾਲ ਗੰਗਾਧਰ ਤਿਲਕ ਜੀ ਨੇ। ਬੰਗਾਲ ਦੀ ਵੰਡ ਕਦੋਂ ਹੋਈ ਅਤੇ ਕਿਸਨੇ ਕੀਤੀ? ਬੰਗਾਲ ਦੀ ਵੰਡ 1905 ਵਿੱਚ ਹੋਈ ਸੀ ਅਤੇ ਉਸ ਸਮੇਂ ਵਾਇਸਰਾਏ ਸੀ ਕਰਜਨ।
ਬਿਹਾਰ ਅਤੇ ਉੜੀਸਾ ਬੰਗਾਲ ਦੇ ਹਿੱਸੇ ਸਨ। ਬਾਲ ਗੰਗਾਧਰ ਤਿਲਕ ਨੇ ਕਿਸ ਅਖਬਾਰ ਦਾ ਸੰਪਾਦਨ ਕੀਤਾ? ਕੇਸਰੀ। ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? 1906 ਵਿੱਚ ਢਾਕਾ ਵਿੱਚ। ਕਾਂਗਰਸ ਕਦੋਂ ਵੰਡੀ ਗਈ ਸੀ? 1907 ਵਿੱਚ। 1916 ਵਿੱਚ ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਕਿਹੜਾ ਸਮਝੌਤਾ ਹੋਇਆ? ਲਖਨਊ ਪੈਕਟ। ਗਾਂਧੀ ਜੀ ਕਿਸ ਉਮਰ ਵਿੱਚ ਦੱਖਣੀ ਅਫਰੀਕਾ ਤੋਂ ਭਾਰਤ ਪਰਤੇ? 46 ਸਾਲ ਦੀ ਉਮਰ ਵਿੱਚ, 1915 ਵਿੱਚ। ਗਾਂਧੀ ਜੀ ਨੇ ਨੈਟਲ ਕਾਂਗਰਸ ਦੀ ਸਥਾਪਨਾ ਕਦੋਂ ਅਤੇ ਕਿੱਥੇ ਕੀਤੀ ਸੀ? ਗਾਂਧੀ ਜੀ ਨੇ ਨੈਟਲ ਕਾਂਗਰਸ ਦੀ ਸਥਾਪਨਾ 1895 ਵਿੱਚ ਦੱਖਣੀ ਅਫਰੀਕਾ ਵਿੱਚ ਕੀਤੀ ਸੀ। ਗਾਂਧੀ ਜੀ ਨੇ ਸ਼ੁਰੂ ਵਿੱਚ ਕਿਸ ਅੰਦੋਲਨ ਵਿੱਚ ਹਿੱਸਾ ਲਿਆ ਸੀ? ਚੰਪਾਰਨ। ਉਸ ਤੋਂ ਬਾਅਦ ਖੇੜਾ ਅਤੇ ਅਹਿਮਦਾਬਾਦ ਦੀਆਂ ਸਥਾਨਕ ਅੰਦੋਲਨਾਂ ਵਿੱਚ ਗਾਂਧੀ ਜੀ ਨੇ ਰੋਲਟ ਐਕਟ ਦੇ ਖਿਲਾਫ ਸੱਤਿਆਗ੍ਰਹਿ ਕਦੋਂ ਕੀਤਾ ਸੀ? ਤਾਂ ਇਹ ਕੀਤਾ ਸੀ 1919 ਵਿੱਚ। ਕਿਸ ਕਾਨੂੰਨ ਨੂੰ ਸ਼ੈਤਾਨ ਦੀ ਕਰਤੂਤ ਕਿਹਾ ਜਾਂਦਾ ਹੈ? ਤਾਂ ਰੋਲਟ ਐਕਟ ਨੂੰ ਸ਼ੈਤਾਨ ਦੀ ਕਰਤੂਤ ਕਿਹਾ ਜਾਂਦਾ ਹੈ। ਗਾਂਧੀ ਜੀ ਦੇ ਸੱਦੇ 'ਤੇ ਕਿਸ ਦਿਨ ਨੂੰ ਅਪਮਾਨ ਦਿਵਸ ਮਨਾਇਆ ਗਿਆ ਸੀ? 6 ਅਪ੍ਰੈਲ 1919 ਨੂੰ ਅਪਮਾਨ ਦਿਵਸ ਮਨਾਇਆ ਗਿਆ ਸੀ, ਜੋ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਪਹਿਲਾ ਆਲ ਇੰਡੀਆ ਅੰਦੋਲਨ ਸੀ। ਉਹ ਸੀ ਰੋਲਟ ਸੱਤਿਆਗ੍ਰਹਿ। ਜਲਿਆਂਵਾਲਾ ਬਾਗ ਦਾ ਸਾਕਾ ਕਦੋਂ ਅਤੇ ਕਿਸਨੇ ਕੀਤਾ? ਤਾਂ ਜਲਿਆਂਵਾਲਾ ਬਾਗ ਦਾ ਸਾਕਾ ਜਨਰਲ ਡਾਇਰ ਦੇ ਹੁਕਮਾਂ 'ਤੇ 13 ਅਪ੍ਰੈਲ ਵਿਸਾਖੀ ਵਾਲੇ ਦਿਨ 1919 ਨੂੰ ਹੋਇਆ ਸੀ। ਰਵਿੰਦਰਨਾਥ ਟੈਗੋਰ ਨੇ ਜਲਿਆਂਵਾਲਾ ਬਾਗ ਦੇ ਕਤਲੇਆਮ ਦੇ ਵਿਰੁੱਧ ਵਿੱਚ ਕਿਹੜਾ ਖਿਤਾਬ ਵਾਪਸ ਕੀਤਾ ਸੀ? ਨਾਈਟਹੁੱਡ। ਖਲੀਫਾ ਦਾ ਅਹੁਦਾ ਕਿੱਥੇ ਸੀ ਜਿਸ ਨੂੰ ਅੰਗਰੇਜ਼ਾਂ ਨੇ ਖਤਮ ਕਰ ਦਿੱਤਾ ਸੀ? ਤਾਂ ਖਲੀਫਾ ਦਾ ਅਹੁਦਾ ਸੀ ਤੁਰਕੀ ਵਿੱਚ। ਖਿਲਾਫਤ ਲਹਿਰ ਦੇ ਆਗੂ ਕੌਣ ਸਨ? ਸ਼ੌਕਤ ਅਲੀ ਅਤੇ ਮੁਹੰਮਦ ਅਲੀ। ਅਸਹਿਯੋਗ ਅੰਦੋਲਨ ਕਦੋਂ ਸ਼ੁਰੂ ਹੋਇਆ? 1921-1922 ਵਿੱਚ। ਜੰਗਲ ਸੱਤਿਆਗ੍ਰਹਿ ਕਿੱਥੇ ਕੀਤਾ ਗਿਆ ਸੀ? ਆਂਧਰਾ ਪ੍ਰਦੇਸ਼ ਦੇ ਗੁਟੂਰ ਜ਼ਿਲ੍ਹੇ ਵਿੱਚ ਆਦਿਵਾਸੀਆਂ ਦੁਆਰਾ। ਚੋਰੀ ਚੋਰਾ ਦੀ ਘਟਨਾ ਕਦੋਂ ਵਾਪਰੀ ਸੀ? ਫਰਵਰੀ 1922। ਚੋਰੀ ਚੋਰਾ ਕਾਂਡ ਦੇ ਕਾਰਨ ਗਾਂਧੀ ਜੀ ਨੇ ਕਿਸ ਅੰਦੋਲਨ ਦਾ ਅੰਤ ਕੀਤਾ? ਅਸਹਿਯੋਗ ਅੰਦੋਲਨ। ਚੋਰੀ ਚੋਰਾ ਦੇ ਕੇਸ ਵਿੱਚ ਕਿੰਨੇ ਪੁਲਿਸ ਅਫਸਰ ਜਿਉਂਦੇ ਸਾੜੇ ਗਏ? 22। ਚੋਰੀ ਚੋਰਾ ਦੀ ਘਟਨਾ ਦਾ ਮੁੱਖ ਕਾਰਨ ਕੀ ਸੀ? ਪੁਲਿਸ ਵੱਲੋਂ ਕਿਸਾਨਾਂ ਦੀ ਸ਼ਾਂਤਮਈ ਜਲੂਸ 'ਤੇ ਗੋਲੀ ਚਲਾਉਣਾ। ਸਿਵਲ ਨਾਫਰਮਾਨੀ ਅੰਦੋਲਨ ਕਦੋਂ ਸ਼ੁਰੂ ਹੋਇਆ? 1930। 20ਵੀਂ ਸਦੀ ਦੀ ਦੋ ਮਹੱਤਵਪੂਰਨ ਘਟਨਾਵਾਂ ਕੀ ਹਨ? ਭਾਰਤੀ ਕਮਿਊਨਿਸਟ ਪਾਰਟੀ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੀ ਸਥਾਪਨਾ। ਕਾਂਗਰਸ ਨੇ ਪੂਰਨ ਸਵਰਾਜ ਦੀ ਮੰਗ ਤੋਂ ਬਾਅਦ ਆਜ਼ਾਦੀ ਦਿਵਸ ਕਿਸ ਦਿਨ ਮਨਾਇਆ? 26 ਜਨਵਰੀ 1930 ਨੂੰ। ਸੰਪੂਰਨ ਸਵਰਾਜ ਦੀ ਮੰਗ ਕਦੋਂ ਅਤੇ ਕਿਸ ਦੁਆਰਾ ਕੀਤੀ ਗਈ ਸੀ? ਜਵਾਹਰ ਲਾਲ ਨਹਿਰੂ ਦੁਆਰਾ 1929 ਵਿੱਚ। ਕਿਸਨੇ ਕਿਹਾ ਕਿ ਬੋਲੇ ਕੰਨਾਂ ਨੂੰ ਸੁਣਨ ਲਈ ਧਮਾਕੇ ਦੀ ਲੋੜ ਹੈ? ਤਾਂ ਇਹ ਕਿਹਾ ਸੀ ਜੀ ਭਗਤ ਸਿੰਘ ਜੀ ਨੇ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ? ਤਾਂ ਇਸ ਦੀ ਸਥਾਪਨਾ 1928 ਵਿੱਚ ਫਿਰੋਜ਼ ਸ਼ਾਹ ਕੋਟਲਾ ਦਿੱਲੀ ਵਿੱਚ ਹੋਈ। ਲਾਲਾ ਲਾਜਪਤ ਰਾਏ ਨੂੰ ਮਾਰਨ ਵਾਲੇ ਸਾਂਡਰਸ ਨਾਂ ਦੇ ਪੁਲਿਸ ਅਫਸਰ ਨੂੰ ਕਦੋਂ ਅਤੇ ਕਿਸਨੇ ਮਾਰਿਆ? ਇਸਨੂੰ ਭਗਤ ਸਿੰਘ
ਚੰਦਰ ਸ਼ੇਖਰ ਆਜ਼ਾਦ ਅਤੇ ਰਾਜਗੁਰੂ ਨੇ 17 ਦਸੰਬਰ 1928 ਨੂੰ ਮਾਰਿਆ। ਭਗਤ ਸਿੰਘ ਨੇ ਆਪਣੇ ਕਿਸ ਸਾਥੀ ਨਾਲ ਲੈਜੀਸਲੇਟਿਵ ਕੌਂਸਲ ਵਿੱਚ ਬੰਬ ਸੁੱਟਿਆ? ਤਾਂ ਉਹ ਸੀ ਜੀ ਬੱਟੂ ਕੇਸ਼ਵਰ ਦੱਤ। ਭਗਤ ਸਿੰਘ ਨੇ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਕਦੋਂ ਫਾਂਸੀ ਦਿੱਤੀ ਗਈ? 23 ਮਾਰਚ 1931। ਫਾਂਸੀ ਦੇ ਸਮੇਂ ਭਗਤ ਸਿੰਘ ਦੀ ਉਮਰ ਕਿੰਨੀ ਸੀ? 23 ਸਾਲ। ਗਾਂਧੀ ਜੀ ਨੇ ਡਾਂਡੀ ਮਾਰਚ ਕਦੋਂ ਕੱਢਿਆ? 6 ਅਪ੍ਰੈਲ 1930। ਗਾਂਧੀ ਜੀ ਨੇ ਆਪਣੇ ਪੈਰੋਕਾਰਾਂ ਨਾਲ ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਡਾਂਡੀ ਮਾਰਚ ਨੂੰ ਪੂਰਾ ਕੀਤਾ? 240 ਕਿਲੋਮੀਟਰ। ਅੰਬਾਬਾਈ ਕਿਸ ਨਾਂ ਨਾਲ ਸੰਬੰਧਿਤ ਹੈ? ਕਰਨਾਟਕ। ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ? 1942। ਕਰੋ ਜਾਂ ਮਰੋ ਦਾ ਨਾਰਾ ਕਿਸਨੇ ਦਿੱਤਾ? ਮਹਾਤਮਾ ਗਾਂਧੀ ਜੀ ਨੇ। ਭਾਰਤ ਛੱਡੋ ਅੰਦੋਲਨ ਵਿੱਚ ਪੁਲਿਸ ਨੇ ਕਿੰਨੇ ਲੋਕਾਂ ਨੂੰ ਗੋਲੀ ਮਾਰੀ ਸੀ? ਲਗਭਗ 1000 ਲੋਕਾਂ ਨੂੰ। ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਦੋਂ ਕੀਤੀ? 1944 ਵਿੱਚ। ਮੁਸਲਿਮ ਲੀਗ ਨੇ ਸੁਤੰਤਰ ਰਾਜਾਂ ਦੀ ਮੰਗ ਕਦੋਂ ਕੀਤੀ? 1940 ਵਿੱਚ। ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਕੌਣ ਬਣੇ? ਸ਼੍ਰੀ ਰਾਜਗੋਪਾਲਾਚਾਰੀਆ। ਸਰਦਾਰ ਵੱਲਭ ਭਾਈ ਪਟੇਲ ਨੇ ਕਾਂਗਰਸ ਦੇ ਪ੍ਰਧਾਨ ਕਦੋਂ ਬਣੇ ਸੀ? 1931 ਵਿੱਚ। ਆਪਣਾ ਨੈਕਸਟ ਕੁਐਸਚਨ ਹੈਗਾ ਹੈ, ਡਾਇਰੈਕਟ ਐਕਸ਼ਨ ਡੇ ਕਦੋਂ ਮਨਾਇਆ ਗਿਆ? ਹਾਂਜੀ, ਡਾਇਰੈਕਟ ਐਕਸ਼ਨ ਡੇ 16 ਅਗਸਤ 1946 ਨੂੰ ਮਨਾਇਆ ਗਿਆ। ਡਾਇਰੈਕਟ ਐਕਸ਼ਨ ਡੇ ਕਿਸ ਦੁਆਰਾ ਅਤੇ ਕਦੋਂ ਮਨਾਇਆ ਗਿਆ? ਤਾਂ ਪਾਕਿਸਤਾਨ ਦੀ ਮੰਗ ਨੂੰ ਪੂਰਾ ਕਰਨ ਲਈ ਮੁਸਲਿਮ ਲੀਗ ਦੁਆਰਾ ਮਨਾਇਆ ਗਿਆ। 1920 ਦੇ ਲਖਨਊ ਸਮਝੌਤੇ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਸੀ ਮੁਹੰਮਦ ਅਲੀ ਜਿੰਨਾ ਨੇ। ਮੱਧ ਏਸ਼ੀਆ ਤੋਂ ਆਉਣ ਵਾਲੇ ਵਪਾਰੀ ਆਪਣੇ ਨਾਲ ਕੀ ਲੈ ਕੇ ਜਾਂਦੇ ਸਨ? ਤਾਂ ਮੱਧ ਏਸ਼ੀਆ ਤੋਂ ਆਉਣ ਵਾਲੇ ਵਪਾਰੀ ਆਪਣੇ ਨਾਲ ਮਸਾਲੇ, ਕੱਚਾ ਰੇਸ਼ਮ ਅਤੇ ਗਲੀਚੇ ਆਦਿ ਲੈ ਕੇ ਜਾਂਦੇ ਸੀ। ਕਿਸ ਦੇ ਲਈ ਲਦਾਖ ਨੂੰ ਇੱਕ ਚੰਗਾ ਰਸਤਾ ਮੰਨਿਆ ਜਾਂਦਾ ਸੀ? ਮੱਧ ਏਸ਼ੀਆ ਤੋਂ ਆਉਣ ਵਾਲੇ ਵਪਾਰਕ ਲੋਕਾਂ ਲਈ ਲਦਾਖ ਨੂੰ ਇੱਕ ਚੰਗਾ ਰਸਤਾ ਮੰਨਿਆ ਜਾਂਦਾ ਸੀ। ਬੁੱਧ ਧਰਮ ਤਿੱਬਤ ਤੱਕ ਕਿਸ ਰਸਤੇ ਪਹੁੰਚਿਆ? ਲਦਾਖ ਰਾਹੀਂ। 400 ਸਾਲ ਪਹਿਲਾਂ ਲਦਾਖ ਦੇ ਲੋਕਾਂ ਨੇ ਕਿਸ ਧਰਮ ਨਾਲ ਜਾਣਿਆ ਸੀ? ਤਾਂ ਮੁਸਲਿਮ ਧਰਮ ਨਾਲ। ਲਦਾਖ ਕਿਸ ਕਿਸਮ ਦਾ ਰੇਗਿਸਤਾਨ ਹੈ? ਠੰਡਾ ਮਾਰੂਸਥਲ। ਲਦਾਖ ਦੇ ਲੋਕ ਕਿਸ ਕਿਸਮ ਦੀ ਬੱਕਰੀ ਰੱਖਦੇ ਸਨ? ਅੰਗੋਰਾ ਸਪੀਸੀਜ਼। ਪਸ਼ਮੀਨਾ ਊਨ ਕਿਸ ਕਿਸਮ ਦੀ ਬੱਕਰੀ ਤੋਂ ਪ੍ਰਾਪਤ ਕੀਤੀ ਜਾਂਦੀ ਸੀ? ਅੰਗੋਰਾ ਜਾਤੀ ਦੀ ਬੱਕਰੀ ਤੋਂ। ਪਸ਼ਮੀਨਾ ਊਨ ਤੋਂ ਬਣੀ ਹੈ ਪਸ਼ਮੀਨਾ ਸ਼ਾਲ। ਲਦਾਖ ਦੇ ਲੋਕਾਂ ਦੇ ਮੁੱਖ ਭੋਜਨ ਪਦਾਰਥ, ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ, ਪਨੀਰ, ਮੀਟ ਆਦਿ। ਲਦਾਖ ਦੇ ਲੋਕ ਕਿਹੜੇ ਜਾਨਵਰ ਰੱਖਦੇ ਸਨ? ਗਾਂ, ਬੱਕਰੀ ਅਤੇ ਯਾਕ। ਗੀਤਾ ਅਤੇ ਕਵਿਤਾਵਾਂ ਦਾ ਮੌਖਿਕ ਸੰਗ੍ਰਹਿ ਕਿੱਥੇ ਹੈ? ਲਦਾਖ ਵਿੱਚ। ਕੇਸਰ ਸਾਗਾ ਕੀ ਹੈ? ਤਿੱਬਤੀ ਸਾਹਿਤ। ਲਦਾਖ ਦੇ ਮੁਸਲਮਾਨ ਅਤੇ
ਬੋਧੀ ਦੋਵੇਂ ਕਿਸ 'ਤੇ ਨਾਟਕ ਖੇਡਦੇ ਹਨ? ਕੇਸਰ ਸਾਗਾ 'ਤੇ। ਕੇਰਲ ਭਾਰਤ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ? ਦੱਖਣ ਪੱਛਮ ਵਿੱਚ। ਕਾਲੀ ਮਿਰਚ, ਲੌਂਗ, ਇਲਾਇਚੀ ਅਤੇ ਮਸਾਲੇ ਲਈ ਮਸ਼ਹੂਰ ਹੈ ਕੇਰਲ। ਕੇਰਲ ਦਾ ਪਹਿਲਾ ਵਪਾਰੀ ਕੌਣ ਸੀ? ਅਰਬ ਅਤੇ ਯਹੂਦੀ ਵਪਾਰੀ। ਈਸਾ ਮਸੀਹ ਦਾ ਕਿਹੜਾ ਧਰਮਦੂਤ ਕੇਰਲ ਆਇਆ ਸੀ? ਸੈਂਟ ਥਾਮਸ। ਭਾਰਤ ਵਿੱਚ ਈਸਾਈ ਧਰਮ ਲਿਆਉਣ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਸੈਂਟ ਥਾਮਸ ਨੂੰ। ਕਿਸ ਵਿਦੇਸ਼ੀ ਯਾਤਰੀ ਨੇ 700 ਸਾਲ ਪਹਿਲਾਂ ਕੇਰਲ ਦਾ ਦੌਰਾ ਕੀਤਾ ਅਤੇ ਇੱਥੋਂ ਦੇ ਮੁਸਲਮਾਨਾਂ ਦੇ ਜੀਵਨ ਦਾ ਅਧਿਐਨ ਕੀਤਾ? ਇਬਨ ਬਤੂਤਾ। ਵਾਸਕੋ ਡੀ ਗਾਮਾ ਕਿੱਥੇ ਪਹੁੰਚਿਆ? ਤਾਂ ਵਾਸਕੋ ਡੀ ਗਾਮਾ ਕੇਰਲ ਦੀ ਕਾਲੀਕਟ ਬੰਦਰਗਾਹ 'ਤੇ ਪਹੁੰਚਿਆ। ਕੇਰਲ ਵਿੱਚ ਕਿਹੜੇ ਧਰਮਾਂ ਦੇ ਲੋਕ ਰਹਿੰਦੇ ਸਨ? ਯਹੂਦੀ, ਇਸਲਾਮ, ਈਸਾਈ, ਹਿੰਦੂ ਅਤੇ ਬੁੱਧ। ਕਿਸ ਦੀ ਖੇਤੀ ਲਈ ਕੇਰਲ ਦੀ ਜ਼ਮੀਨ ਢੁਕਵੀਂ ਹੈ? ਤਾਂ ਚਾਵਲ ਦੀ ਖੇਤੀ ਲਈ। ਕੇਰਲ ਦਾ ਮੁੱਖ ਭੋਜਨ ਕੀ ਹੈ? ਮੱਛੀ, ਸਬਜ਼ੀਆਂ ਅਤੇ ਚੌਲ। ਕੇਰਲ ਦਾ ਮੁੱਖ ਤਿਉਹਾਰ ਓਨਮ। ਓਨਮ ਦਾ ਮੁੱਖ ਆਕਰਸ਼ਣ ਕੀ ਹੈ? ਕਿਸ਼ਤੀ ਮੁਕਾਬਲੇ। ਡਿਸਕਵਰੀ ਆਫ ਇੰਡੀਆ ਕਿਤਾਬ ਕਿਸਨੇ ਲਿਖੀ? ਜਵਾਹਰ ਲਾਲ ਨਹਿਰੂ। ਭਾਰਤ ਦਾ ਰਾਸ਼ਟਰੀ ਗੀਤ ਕਿਸਨੇ ਰਚਿਆ? ਰਵਿੰਦਰਨਾਥ ਟੈਗੋਰ। ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? 1600 ਤੋਂ ਵੱਧ। ਦੁਨੀਆ ਵਿੱਚ ਕਿੰਨੇ ਮੁੱਖ ਧਰਮ ਹਨ? 8। ਈਸਾਈ, ਇਸਲਾਮ, ਸਨਾਤਨ, ਬੁੱਧ, ਯਹੂਦੀ, ਸਿੱਖ, ਜੈਨ ਅਤੇ ਪਾਰਸੀ। ਦਲਿਤ ਸ਼ਬਦ ਦਾ ਅਰਥ ਹੈ ਦਬਾਇਆ ਜਾਂ ਕੁਚਲਿਆ ਹੋਇਆ। ਡਾਕਟਰ ਭੀਮ ਰਾਓ ਅੰਬੇਦਕਰ ਕਿਸ ਜਾਤੀ ਵਿੱਚ ਪੈਦਾ ਹੋਏ ਸਨ? ਮਹਰ ਜਾਤੀ ਵਿੱਚ। ਡਾਕਟਰ ਭੀਮ ਰਾਓ ਅੰਬੇਦਕਰ ਵਕੀਲ ਬਣਨ ਲਈ ਕਿੱਥੇ ਗਏ? ਇੰਗਲੈਂਡ। ਭੀਮ ਰਾਓ ਅੰਬੇਦਕਰ ਨੇ ਕਿਹੜਾ ਧਰਮ ਅਪਣਾਇਆ? ਬੁੱਧ ਧਰਮ। ਭਾਰਤ ਕਿਸ ਕਿਸਮ ਦਾ ਦੇਸ਼ ਹੈ? ਧਰਮ ਨਿਰਪੱਖ। ਸਰਕਾਰ ਕਿੰਨੇ ਪੱਧਰਾਂ 'ਤੇ ਕੰਮ ਕਰਦੀ ਹੈ? 3। ਸਥਾਨਕ ਪੱਧਰ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸ ਨੂੰ ਜਾਤ ਜਾਂ ਧਰਮ ਕਾਰਨ ਨੌਕਰੀ 'ਤੇ ਨਹੀਂ ਰੱਖਿਆ ਜਾ ਰਿਹਾ, ਤਾਂ ਉਹ ਵਿਅਕਤੀ ਕੀ ਕਰ ਸਕਦਾ ਹੈ? ਉਹ ਅਦਾਲਤ ਦੀ ਸ਼ਰਨ ਲੈ ਸਕਦਾ ਹੈ। ਅੱਜ ਦੇ ਸਮੇਂ ਵਿੱਚ ਲੋਕਤੰਤਰੀ ਸਰਕਾਰ ਕਿਸ ਨੂੰ ਕਹਿੰਦੇ ਹਨ? ਪ੍ਰਤੀਨਿਧੀ ਲੋਕਤੰਤਰ ਨੂੰ। ਯੰਗ ਇੰਡੀਆ ਇੱਕ ਅਖਬਾਰ ਸੀ, ਕਿਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ? ਗਾਂਧੀ ਜੀ ਦੁਆਰਾ। ਮਤਾਧਿਕਾਰ ਅੰਦੋਲਨ ਕਿਸ ਨਾਲ ਸੰਬੰਧਿਤ ਹੈ? ਪਹਿਲੀ ਵਿਸ਼ਵ ਯੁੱਧ ਦੌਰਾਨ ਔਰਤਾਂ ਦੁਆਰਾ ਵੋਟਾਂ ਦੇ ਅਧਿਕਾਰ ਦੀ ਮੰਗ ਕਰਨ ਲਈ ਸ਼ੁਰੂ ਕੀਤੀ ਗਈ ਲਹਿਰ। ਦਲਿਤ ਲੇਖਕ ਓਮ ਪ੍ਰਕਾਸ਼ ਵਾਲਮੀਕਿ ਦੁਆਰਾ ਲਿਖੀ ਸਵੈ ਜੀਵਨੀ ਦਾ ਨਾਂ ਕੀ ਹੈ? ਜੂਠਨ। ਸਕੂਲਾਂ ਵਿੱਚ ਮਿਡ ਡੇ ਮੀਲ ਦੀ ਪ੍ਰਣਾਲੀ ਕਿੱਥੋਂ ਸ਼ੁਰੂ ਹੋਈ? ਤਾਮਿਲਨਾਡੂ ਤੋਂ। ਨਾਗਰਿਕ ਅਧਿਕਾਰ ਅੰਦੋਲਨ ਕਿੱਥੇ ਹੋਇਆ? ਅਮੈਰੀਕਾ ਵਿੱਚ। ਅਮੈਰੀਕਾ ਵਿੱਚ ਸਿਟੀਜ਼ਨਸ਼ਿਪ ਐਕਟ ਕਦੋਂ ਹੋਂਦ ਵਿੱਚ ਆਇਆ? 1964 ਵਿੱਚ। ਭਾਰਤ ਦੇ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਸਮਾਨਤਾ ਦੀ ਗੱਲ ਕੀਤੀ ਗਈ ਹੈ? ਆਰਟੀਕਲ 15। ਕਿਸ ਐਕਟ ਦੇ ਤਹਿਤ ਅਪਾਹਜ ਵਿਅਕਤੀਆਂ ਲਈ ਜਨਤਕ ਸਥਾਨਾਂ ਜਿਵੇਂ ਕਿ ਇਮਾਰਤਾਂ, ਸਕੂਲਾਂ, ਹਸਪਤਾਲਾਂ ਆਦਿ 'ਤੇ ਢਲਾਣਾਂ ਬਣਾਈਆਂ ਜਾਣਗੀਆਂ ਹਨ, ਤਾਂ ਜੋ ਉਹ ਆਸਾਨੀ ਨਾਲ ਉਸ ਸਥਾਨ 'ਤੇ ਪਹੁੰਚ ਸਕਣ
ਇਹ ਸੀ ਜੀ ਅਪਾਹਜ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੇ ਤਹਿਤ ਦੁਨੀਆ ਵਿੱਚ ਸਭ ਤੋਂ ਵੱਧ ਮੈਡੀਕਲ ਕਾਲਜ ਕਿੱਥੇ ਹਨ? ਭਾਰਤ ਵਿੱਚ। ਅਮੈਰੀਕਾ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਕਦੋਂ ਮਿਲਿਆ? 1920 ਵਿੱਚ। ਇੰਗਲੈਂਡ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੋਂ ਮਿਲਿਆ? 1928 ਵਿੱਚ। ਭਾਰਤ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਕਦੋਂ ਮਿਲਿਆ? ਭਾਰਤ ਸਰਕਾਰ ਐਕਟ 1919 ਵਿੱਚ। ਕਿਸ ਨੇ ਅਫਰੀਕਾ ਵਿੱਚ ਰੰਗ ਭੇਦ ਵਿਰੁੱਧ ਲੰਮਾ ਸਮਾਂ ਅੰਦੋਲਨ ਕੀਤਾ? ਨੇਲਸਨ ਮੰਡੇਲਾ ਨੇ। ਦੱਖਣੀ ਅਫਰੀਕਾ ਲੋਕਤੰਤਰੀ ਦੇਸ਼ ਕਦੋਂ ਬਣਿਆ? 1994 ਵਿੱਚ। ਕਾਵੇਰੀ ਨਦੀ ਦੇ ਪਾਣੀ ਨੂੰ ਲੈ ਕੇ ਕਰਨਾਟਕ ਅਤੇ ਤਾਮਿਲਨਾਡੂ ਵਿਚਕਾਰ ਵਿਵਾਦ ਚੱਲ ਰਿਹਾ ਹੈ। ਕ੍ਰਿਸ਼ਨ ਰਾਜ ਸਾਗਰ ਡੈਮ ਕਿੱਥੇ ਸਥਿਤ ਹੈ? ਕਰਨਾਟਕ ਵਿੱਚ ਕਾਵੇਰੀ ਨਦੀ 'ਤੇ। ਮੈਟੂਰ ਡੈਮ ਸਥਿਤ ਹੈ ਤਾਮਿਲਨਾਡੂ ਵਿੱਚ। ਪੰਚਾਇਤੀ ਖੇਤਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀ ਮੀਟਿੰਗ ਕੀ ਹੁੰਦੀ ਹੈ? ਗ੍ਰਾਮ ਸਭਾ। ਗ੍ਰਾਮ ਪੰਚਾਇਤ ਨੂੰ ਵਾਰਡਾਂ ਵਿੱਚ ਵੰਡਿਆ ਗਿਆ ਹੈ। ਹਰੇਕ ਵਾਰਡ ਦੇ ਨੁਮਾਇੰਦੇ ਨੂੰ ਕੀ ਕਿਹਾ ਜਾਂਦਾ ਹੈ? ਪੰਚ। ਸਾਰੇ ਪੰਚ ਮਿਲ ਕੇ ਕਿਸ ਨੂੰ ਚੁਣਦੇ ਹਨ? ਸਰਪੰਚ ਨੂੰ। ਪੰਚਾਇਤ ਦਾ ਮੁਖੀ ਕੌਣ ਹੁੰਦਾ ਹੈ? ਸਰਪੰਚ। ਵਾਰਡ ਪੰਚ ਅਤੇ ਸਰਪੰਚ ਕਿੰਨੇ ਸਮੇਂ ਲਈ ਗ੍ਰਾਮ ਪੰਚਾਇਤ ਦਾ ਗਠਨ ਕਰਦੇ ਹਨ? 5 ਸਾਲਾਂ ਲਈ। ਗ੍ਰਾਮ ਪੰਚਾਇਤ ਵਿੱਚ ਉਸ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਹੈ ਜਿਸ ਦੀ ਨਿਯੁਕਤੀ ਸਰਕਾਰ ਦੁਆਰਾ ਕੀਤੀ ਜਾਂਦੀ ਹੈ? ਸਕੱਤਰ। ਸਕੱਤਰ ਦਾ ਕੰਮ ਕੀ ਹੁੰਦਾ ਹੈ? ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤ ਦੀਆਂ ਮੀਟਿੰਗਾਂ ਬੁਲਾਉਣੀਆਂ ਅਤੇ ਰਿਕਾਰਡ ਰੱਖਣਾ। ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੀ ਅਧਿਕਾਰਿਤ ਨੀਤੀ ਵਿੱਚ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਨੂੰ ਪਹਿਲੀ ਵਾਰ ਕਦੋਂ ਸ਼ਾਮਿਲ ਕੀਤਾ ਗਿਆ? 1934 ਵਿੱਚ। ਸੰਵਿਧਾਨ ਸਭਾ ਦਾ ਗਠਨ ਕਦੋਂ ਹੋਇਆ? 1946 ਵਿੱਚ। ਭਾਰਤੀ ਸੰਵਿਧਾਨ ਦਾ ਖਰੜਾ ਕਦੋਂ ਤਿਆਰ ਕੀਤਾ ਗਿਆ ਸੀ? ਤਾਂ ਇਹ ਦਸੰਬਰ 1946 ਤੋਂ ਲੈ ਕੇ ਨਵੰਬਰ 1949 ਦੇ ਵਿਚਕਾਰ ਤਿਆਰ ਕੀਤਾ ਗਿਆ ਸੀ। ਨੇਪਾਲ ਵਿੱਚ ਲੋਕਤੰਤਰ ਕਦੋਂ ਸਥਾਪਿਤ ਹੋਇਆ? 1990 ਵਿੱਚ। ਨੇਪਾਲ ਨੇ ਆਪਣੇ ਦੇਸ਼ ਲਈ ਨਵਾਂ ਸੰਵਿਧਾਨ ਕਦੋਂ ਅਪਣਾਇਆ? 2015 ਵਿੱਚ। ਸਮਾਨਤਾ ਦਾ ਅਧਿਕਾਰ ਕਿਸ ਕਿਸਮ ਦਾ ਅਧਿਕਾਰ ਹੈ? ਮੌਲਿਕ ਅਧਿਕਾਰ। ਲੋਕਤੰਤਰ ਵਿੱਚ ਬਹੁਗਿਣਤੀ ਦਾ ਕਿਹੜਾ ਖਤਰਾ ਰਹਿੰਦਾ ਹੈ? ਤਾਨਾਸ਼ਾਹੀ। 1946 ਵਿੱਚ ਬਣੀ ਸੰਵਿਧਾਨ ਸਭਾ ਵਿੱਚ ਕਿੰਨੇ ਮੈਂਬਰ ਸਨ? 399। ਜਦੋਂ ਸੰਵਿਧਾਨ ਲਿਖਿਆ ਜਾ ਰਿਹਾ ਸੀ ਉਦੋਂ ਭਾਰਤ ਪਾਕਿਸਤਾਨ ਦੀ ਵੰਡ ਦੀ ਸਮੱਸਿਆ ਵਿੱਚੋਂ ਗੁਜ਼ਰ ਰਿਹਾ ਸੀ। ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਡਾਕਟਰ BR ਅੰਬੇਦਕਰ ਨੂੰ। ਕਿਸ ਨੇ ਕਿਹਾ ਕਿ ਭਾਵੇਂ ਕਾਨੂੰਨ ਬਣ ਗਿਆ ਹੈ ਫਿਰ ਵੀ ਅਨੁਸੂਚਿਤ ਜਨਜਾਤੀਆਂ ਬੇਫਿਕਰ ਹੋ ਕੇ ਨਹੀਂ ਰਹਿ ਸਕਦੀਆਂ ਕਿਉਂਕਿ ਇਹਨਾਂ ਕਾਨੂੰਨਾਂ ਦਾ ਸੰਚਾਲਨ ਸੁਨਹਿਰੀ ਹਿੰਦੂ ਅਫਸਰ ਦੇ ਹੱਥ ਵਿੱਚ ਹੈ? ਇਹ ਕਿਹਾ ਸੀ ਭੀਮਰਾਓ ਅੰਬੇਦਕਰ ਨੇ। ਸੰਘਵਾਦ ਸ਼ਬਦ ਦਾ ਕੀ ਅਰਥ ਹੈ? ਦੇਸ਼ ਵਿੱਚ ਇੱਕ ਤੋਂ ਵੱਧ ਪੱਧਰ ਦੀ ਸਰਕਾਰਾਂ ਦਾ ਹੋਣਾ। ਭਾਰਤ ਵਿੱਚ ਸਰਕਾਰ ਦੇ ਕਿੰਨੇ ਪੱਧਰ ਹਨ? 3। ਪਿੰਡ ਪੱਧਰ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ। ਸਰਵਭੌਮਿਕ ਮਤਾਂ ਦਾ ਮਤਲਬ ਕੀ ਹੈ? ਆਪਣੇ ਪ੍ਰਤੀਨਿਧੀ ਨੂੰ ਚੁਣਨ ਵਿੱਚ ਦੇਸ਼ ਦੇ ਸਾਰੇ ਲੋਕਾਂ ਦੀ ਸਿੱਧੀ ਭੂਮਿਕਾ। ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧੀ ਕਿੰਨਾ ਪ੍ਰਤੀ ਜਵਾਬਦੇਹੀ ਹੁੰਦੇ ਹਨ ਜਨਤਾ ਲਈ? ਕਿਸ ਵਿੱਚ ਸਰਕਾਰ ਨੇ ਆਪਣੇ ਸ਼ਕਤੀਆਂ ਨੂੰ 3 ਹਿੱਸਿਆਂ ਵਿੱਚ ਵੰਡਿਆ ਹੈ? ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਸ਼ਕਤੀਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੀ ਵਿਵਸਥਾ ਕੀਤੀ ਗਈ ਹੈ? ਸ਼ਕਤੀਆਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ ਕਿ ਹਰੇਕ ਅੰਗ ਇੱਕ ਦੂਜੇ ਨਾਲ ਦੂਜੇ 'ਤੇ ਨਜ਼ਰ ਰੱਖ ਸਕਦੇ ਹਨ ਅਤੇ 3 ਅੰਗਾਂ ਵਿਚਕਾਰ ਸ਼ਕਤੀ ਦਾ ਸੰਤੁਲਨ ਬਣਿਆ ਰਹਿੰਦਾ ਹੈ। ਰਾਜ ਦਾ ਕੀ ਅਰਥ ਹੈ? ਰਾਜ ਇੱਕ ਰਾਜਨੀਤਿਕ ਸੰਸਥਾ ਹੈ ਜੋ ਕਿ ਇੱਕ ਨਿਸ਼ਚਿਤ ਖੇਤਰ ਵਿੱਚ ਰਹਿਣ ਵਾਲੇ ਪ੍ਰਭੂਸੱਤਾ ਸੰਪੰਨ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ। ਕਿਸ ਨੂੰ ਭਾਰਤੀ ਸੰਵਿਧਾਨ ਦੀ ਅੰਤਰ ਆਤਮਾ ਕਿਹਾ ਜਾਂਦਾ ਹੈ? ਮੌਲਿਕ ਅਧਿਕਾਰ ਨੂੰ। ਭਾਰਤੀ ਸੰਵਿਧਾਨ ਨੇ ਸਾਨੂੰ ਕਿਹੜੇ ਬੁਨਿਆਦੀ ਅਧਿਕਾਰ ਦਿੱਤੇ ਹਨ? ਸਮਾਨਤਾ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ,
ਧਾਰਮਿਕ ਆਜ਼ਾਦੀ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਆਜ਼ਾਦੀ ਦਾ ਅਧਿਕਾਰ ਸਾਨੂੰ ਕਿਹੜੇ ਅਧਿਕਾਰ ਦਿੰਦਾ ਹੈ? ਪ੍ਰਗਟਾਵੇ ਅਤੇ ਬੋਲਣ ਦੀ ਆਜ਼ਾਦੀ, ਮੀਟਿੰਗਾਂ ਅਤੇ ਸੰਸਥਾ ਬਣਾਉਣ ਦੀ ਆਜ਼ਾਦੀ, ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਣ ਅਤੇ ਰਹਿਣ ਅਤੇ ਕੋਈ ਕਾਰੋਬਾਰ ਕਰਨ ਦੀ ਆਜ਼ਾਦੀ। ਸ਼ੋਸ਼ਣ ਵਿਰੁੱਧ ਅਧਿਕਾਰ ਦੇ ਤਹਿਤ ਕਿਸ ਉਮਰ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਜ਼ਦੂਰ ਵਜੋਂ ਕੰਮ 'ਤੇ ਰੱਖਣਾ ਅਪਰਾਧ ਮੰਨਿਆ ਜਾਂਦਾ ਹੈ? ਤਾਂ ਆਰਟੀਕਲ 14 ਦੇ ਅਕੋਰਡਿੰਗ ਕਿਹੜਾ ਅਧਿਕਾਰ ਸਾਨੂੰ ਆਪਣੇ ਸੱਭਿਆਚਾਰ ਦੀ ਰੱਖਿਆ ਅਤੇ ਵਿਕਾਸ ਲਈ ਆਪਣੀਆਂ ਵਿੱਦਿਅਕ ਸੰਸਥਾ ਖੋਲ੍ਹਣ ਦਾ ਅਧਿਕਾਰ ਦਿੰਦਾ ਹੈ? ਤਾਂ ਇਹ ਹੈ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ। ਜੇਕਰ ਕਿਸੇ ਨਾਗਰਿਕ ਨੂੰ ਲੱਗਦਾ ਹੈ ਕਿ ਰਾਜ ਦੁਆਰਾ ਉਸਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ, ਤਾਂ ਉਹ ਕੀ ਕਰ ਸਕਦਾ ਹੈ? ਉਹ ਅਦਾਲਤ ਤੱਕ ਪਹੁੰਚ ਕਰ ਸਕਦਾ ਹੈ। ਜਿਸ ਰਾਜ ਦਾ ਅਧਿਕਾਰ ਤੌਰ 'ਤੇ ਕੋਈ ਰਾਜ ਧਰਮ ਨਹੀਂ ਹੈ, ਉਸਨੂੰ ਕਿਹਾ ਜਾਂਦਾ ਹੈ ਧਰਮ ਨਿਰਪੱਖ ਰਾਜ। ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ 'ਤੇ ਕਦੋਂ ਦਸਤਖਤ ਕੀਤੇ? 24 ਜਨਵਰੀ 1950। ਮੌਲਿਕ ਅਧਿਕਾਰਾਂ ਤੋਂ ਇਲਾਵਾ ਸੰਵਿਧਾਨ ਵਿੱਚ ਆਮ ਆਦਮੀ ਲਈ ਹੋਰ ਕਿਹੜੇ ਨਿਯਮਾਂ ਦਾ ਜ਼ਿਕਰ ਕੀਤਾ ਹੈ? ਮੂਲ ਕਰਤੱਵਾਂ ਦਾ। ਜਰਮਨੀ ਵਿੱਚ ਹਿਟਲਰ ਨੇ ਕਿਸ 'ਤੇ ਅੱਤਿਆਚਾਰ ਕੀਤਾ? ਯਹੂਦੀਆਂ 'ਤੇ। ਕਿਸ ਆਧਾਰ 'ਤੇ ਹਿਟਲਰ ਨੇ ਯਹੂਦੀਆਂ 'ਤੇ ਅੱਤਿਆਚਾਰ ਕੀਤੇ? ਧਰਮ ਦੇ ਆਧਾਰ 'ਤੇ। ਕਿੱਥੇ ਗੈਰ ਮੁਸਲਮਾਨਾਂ ਨੂੰ ਮੰਦਰ ਜਾਂ ਚਰਚ ਬਣਾਉਣ ਦੀ ਇਜਾਜ਼ਤ ਨਹੀਂ ਹੈ? ਸਾਊਦੀ ਅਰਬ ਵਿੱਚ। ਕਿਸ ਦੇਸ਼ ਨੇ ਇਹ ਕਾਨੂੰਨ ਬਣਾਇਆ ਹੈ ਕਿ ਕੋਈ ਵੀ ਵਿਦਿਆਰਥੀ ਧਾਰਮਿਕ ਜਾਂ ਰਾਜਨੀਤਿਕ ਚਿੰਨ੍ਹ ਜਿਵੇਂ ਇਸਲਾਮਿਕ ਬੁਰਕਾ, ਯਹੂਦੀ ਟੋਪੀ ਜਾਂ ਵੱਡੀ ਈਸਾਈ ਕ੍ਰੋਸ ਪਹਿਨ ਕੇ ਸਕੂਲ ਨਹੀਂ ਆਵੇਗਾ? ਤਾਂ ਇਹ ਨਿਯਮ ਬਣਾਇਆ ਫਰਾਂਸ ਨੇ 2004 ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਨੇ ਕਦੋਂ ਮੰਗ ਕੀਤੀ ਕਿ ਵਿਧਾਨ ਸਭਾ ਵਿੱਚ ਚੁਣੇ ਹੋਏ ਮੈਂਬਰ ਅਤੇ ਬਜਟ 'ਤੇ ਚਰਚਾ ਕਰਨ 'ਤੇ ਸਵਾਲ ਪੁੱਛਣ ਦਾ ਅਧਿਕਾਰ ਹੋਵੇ? 1885 ਵਿੱਚ। ਚੁਣੇ ਹੋਏ ਪ੍ਰਤੀਨਿਧਾਂ ਦੀ ਪ੍ਰਣਾਲੀ ਨੂੰ ਕਿਸ ਐਕਟ ਵਿੱਚ ਮਨਜ਼ੂਰੀ ਦਿੱਤੀ ਗਈ? 1909 ਵਿੱਚ ਬਣੇ ਭਾਰਤ ਸਰਕਾਰ ਦੇ ਐਕਟ ਵਿੱਚ। ਭਾਰਤ ਸਰਕਾਰ ਦੇ ਐਕਟ 1909 ਵਿੱਚ ਕੀ ਅਧਿਕਾਰ ਨਹੀਂ ਦਿੱਤਾ ਗਿਆ ਸੀ? ਵੋਟ ਦਾ ਅਧਿਕਾਰ। ਆਮ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕੀਤੀ ਗਈ ਸੀ 2004 ਵਿੱਚ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਨਾਲ ਕਿੰਨੇ ਦਰਖਤ ਬਚੇ? 1,50,000। ਡੈਮੋਕ੍ਰੇਸੀ ਸ਼ਬਦ ਕਿਸ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ? ਇਹ ਯੂਨਾਨੀ ਸ਼ਬਦ ਡੈਮੋਕ੍ਰੇਸੀਆ ਤੋਂ ਲਿਆ ਗਿਆ ਹੈ। ਡੈਮੋਕ੍ਰੇਸੀਆ ਵਿੱਚ ਡੈਮੋਸ ਸ਼ਬਦ ਦਾ ਕੀ ਅਰਥ ਹੈ? ਲੋਕ। ਡੈਮੋਕ੍ਰੇਸੀ ਸ਼ਬਦ ਵਿੱਚ ਕ੍ਰੇਸੀਆ ਦਾ ਅਰਥ ਹੈ ਗਵਰਨੈਂਸ ਜਾਂ ਸ਼ਾਸਨ। ਲੋਕਤੰਤਰ ਦਾ ਸ਼ਾਬਦਿਕ ਅਰਥ ਕੀ ਹੈ? ਲੋਕਾਂ ਦਾ ਰਾਜ। ਲੋਕਤੰਤਰ ਸ਼ਾਸਨ ਦਾ ਇੱਕ ਰੂਪ ਹੈ ਜਿਸ ਵਿੱਚ ਸ਼ਾਸਕ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਪਾਕਿਸਤਾਨ ਦੀ ਕਿਸ ਰਾਜਨੀਤਿਕ ਸ਼ਖਸੀਅਤ ਨੇ 1999 ਵਿੱਚ ਸੈਨਿਕ ਤਖ਼ਤਾ ਪਲਟ ਦੀ ਅਗਵਾਈ ਕੀਤੀ? ਜਨਰਲ ਪਰਵੇਸ਼ ਮੁਸ਼ਰਫ ਨੇ। ਲੀਗਲ ਫਰੇਮਵਰਕ ਆਰਡਰ ਵਿੱਚ ਕੀ ਵਿਵਸਥਾ ਹੈ? ਇਸ ਸੰਦੇਸ਼ ਦੇ ਮੁਤਾਬਕ ਰਾਸ਼ਟਰਪਤੀ ਅਸੈਂਬਲੀ ਨੂੰ ਭੰਗ ਕਰ ਸਕਦਾ ਹੈ। ਲੋਕਤੰਤਰ ਵਿੱਚ ਅੰਤਿਮ ਫੈਸਲੇ ਲੈਣ ਦੀ ਸ਼ਕਤੀ ਕਿਸ ਕੋਲ ਹੁੰਦੀ ਹੈ? ਜਨਤਾ ਦੇ ਪ੍ਰਤੀਨਿਧੀਆਂ ਕੋਲ।
ਕਿਹੜੇ ਦੇਸ਼ ਦੀ ਸਰਕਾਰ ਨੇ ਗੂਗਲ ਅਤੇ ਯਾਹੂ ਵਰਗੀਆਂ ਪ੍ਰਸਿੱਧ ਸਾਈਟਾਂ ਨੂੰ ਬੰਦ ਕੀਤਾ ਹੈ? ਚੀਨ ਨੇ। ਨੈਸ਼ਨਲ ਮੰਡੇਲਾ ਕਿਸ ਦੇਸ਼ ਨਾਲ ਸੰਬੰਧਿਤ ਹੈ? ਦੱਖਣੀ ਅਫਰੀਕਾ। ਦੱਖਣੀ ਅਫਰੀਕਾ ਗਣਰਾਜ ਕਦੋਂ ਬਣਿਆ? 26 ਅਪ੍ਰੈਲ 1994 ਵਿੱਚ। ਮੋਤੀ ਲਾਲ ਨਹਿਰੂ ਅਤੇ ਕਾਂਗਰਸੀ ਦੇ 8 ਨੇਤਾਵਾਂ ਨੇ ਭਾਰਤ ਦਾ ਸੰਵਿਧਾਨ ਕਦੋਂ ਲਿਖਿਆ? 1928 ਵਿੱਚ। ਭਾਰਤ ਦੇ ਸੰਵਿਧਾਨ ਦੀ ਰੂਪਰੇਖਾ ਕਿਸ ਸੈਸ਼ਨ ਵਿੱਚ ਪੇਸ਼ ਕੀਤੀ? 1931 ਵਿੱਚ ਕਾਂਗਰਸ ਦੇ ਕਰਾਚੀ ਸੈਸ਼ਨ ਵਿੱਚ। ਭਾਰਤੀ ਸੰਵਿਧਾਨ ਸਭਾ ਦੀਆਂ ਚੋਣਾਂ ਕਦੋਂ ਹੋਈਆਂ? 1946 ਵਿੱਚ। ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ? 9 ਦਸੰਬਰ 1946 ਵਿੱਚ। ਵੱਲਭ ਭਾਈ ਪਟੇਲ ਦਾ ਜਨਮ ਕਿੱਥੇ ਹੋਇਆ ਸੀ? ਗੁਜਰਾਤ ਵਿੱਚ। ਆਜ਼ਾਦ ਭਾਰਤ ਵਿੱਚ ਵੱਲਭ ਭਾਈ ਪਟੇਲ ਕਿਸ ਅਹੁਦੇ 'ਤੇ ਸਨ? ਉਪ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ। ਸਰੋਜਨੀ ਨਾਇਡੂ ਕਿਸ ਰਾਜ ਨਾਲ ਸੰਬੰਧਿਤ ਸਨ? ਆਂਧਰਾ ਪ੍ਰਦੇਸ਼। ਸਰੋਜਨੀ ਨਾਇਡੂ ਕਿਸ ਰਾਜ ਦੀ ਰਾਜਪਾਲ ਸੀ? ਉੱਤਰ ਪ੍ਰਦੇਸ਼। ਅਬਦੁਲ ਕਲਾਮ ਆਜ਼ਾਦ ਦਾ ਜਨਮ ਕਿੱਥੇ ਹੋਇਆ ਸੀ? ਸਾਊਦੀ ਅਰਬ ਵਿੱਚ। ਭਾਰਤ ਦੀ ਪਹਿਲੀ ਕੇਂਦਰੀ ਕੈਬਨਿਟ ਵਿੱਚ ਸਿੱਖਿਆ ਮੰਤਰੀ ਕੌਣ ਬਣਿਆ? ਅਬਦੁਲ ਕਲਾਮ ਆਜ਼ਾਦ। ਰਾਜਿੰਦਰ ਪ੍ਰਸਾਦ ਦਾ ਜਨਮ ਕਿੱਥੇ ਹੋਇਆ ਸੀ? ਬਿਹਾਰ ਵਿੱਚ। ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ? ਰਾਜਿੰਦਰ ਪ੍ਰਸਾਦ। ਕਿਸ ਸੱਤਿਆਗ੍ਰਹਿ ਵਿੱਚ ਰਾਜਿੰਦਰ ਪ੍ਰਸਾਦ ਨੇ ਮੁੱਖ ਭੂਮਿਕਾ ਨਿਭਾਈ? ਚੰਪਾਰਨ ਸੱਤਿਆਗ੍ਰਹਿ ਵਿੱਚ। ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਬਣੇ? ਰਾਜਿੰਦਰ ਪ੍ਰਸਾਦ। ਭਾਰਤੀ ਸੰਵਿਧਾਨ ਲਿਖਣ ਵਾਲੀ ਵਿਧਾਨ ਸਭਾ ਵਿੱਚ ਕਿੰਨੇ ਮੈਂਬਰ ਸਨ? 299। ਭਾਰਤੀ ਸੰਵਿਧਾਨ ਸਭਾ ਦੇ ਸੰਵਿਧਾਨ ਲਿਖਣ ਦਾ ਕੰਮ ਪੂਰਾ ਕੀਤਾ? 26 ਨਵੰਬਰ 1949 ਵਿੱਚ। ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ? 26 ਜਨਵਰੀ 1950 ਵਿੱਚ। ਵਿਧਾਨ ਸਭਾ ਕਿਸ ਦੀ ਪ੍ਰਤੀਨਿਧਿਤਵ ਕਰ ਰਹੀ ਸੀ? ਭਾਰਤ ਦੇ ਲੋਕਾਂ ਦੀ। ਕਿਸ ਦਾ ਸੰਵਿਧਾਨ ਸਭਾ ਵਿੱਚ ਦਬਦਬਾ ਸੀ? ਭਾਰਤੀ ਰਾਸ਼ਟਰੀ ਕਾਂਗਰਸ ਦਾ। ਦੇਸ਼ ਦੀ ਸਭ ਤੋਂ ਉੱਚੀ ਕਾਨੂੰਨ ਬਣਾਉਣ ਵਾਲੀ ਸੰਸਥਾ ਹੈ ਸੰਸਦ। ਸੰਸਦ ਦੇ ਕਿੰਨੇ ਸਦਨ ਹਨ? 2, ਰਾਜ ਸਭਾ ਅਤੇ ਲੋਕ ਸਭਾ। ਰਾਜ ਸਭਾ ਵਿੱਚ ਕਿੰਨੇ ਮੈਂਬਰ ਹਨ? 245। ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਉਪ ਰਾਸ਼ਟਰਪਤੀ। ਲੋਕ ਸਭਾ ਵਿੱਚ ਕੁੱਲ ਕਿੰਨੇ ਮੈਂਬਰ ਹਨ? 545। ਲੋਕ ਸਭਾ ਦੀਆਂ ਚੋਣਾਂ ਕਿੰਨੀ ਵਾਰ ਹੁੰਦੀਆਂ ਹਨ? ਹਰ 5 ਸਾਲ ਬਾਅਦ। ਸੰਸਦ ਮੈਂਬਰਾਂ ਨੂੰ ਕੀ ਕਿਹਾ ਜਾਂਦਾ ਹੈ? MP। ਸੰਸਦ ਦੇ ਕਿੰਨੇ ਹਿੱਸੇ ਹੁੰਦੇ ਹਨ? 3, ਰਾਸ਼ਟਰਪਤੀ, ਰਾਜ ਸਭਾ ਅਤੇ ਲੋਕ ਸਭਾ। ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਕਰਨ ਲਈ ਕਿੰਨੇ ਸੰਸਦ ਮੈਂਬਰ ਹੋਣੇ ਚਾਹੀਦੇ ਹਨ? 272। ਉਹ ਕਿਹੜੀਆਂ ਸਿਆਸੀ ਪਾਰਟੀਆਂ ਹਨ ਜੋ ਸੰਸਦ ਵਿੱਚ ਬਹੁਮਤ ਰੱਖਣ ਵਾਲੀ ਪਾਰਟੀ ਦਾ ਹਿੱਸਾ ਨਹੀਂ ਹਨ? ਤਾਂ ਉਹ ਵਿਰੋਧੀ ਪਾਰਟੀਆਂ ਹਨ। ਲੋਕ ਸਭਾ ਦਾ ਮਹੱਤਵਪੂਰਨ ਕੰਮ ਕੀ ਹੈ? ਕਾਰਜਪਾਲਿਕਾ ਦੀ ਚੋਣ ਕਰਨਾ। ਸੱਤਾਧਾਰੀ ਪਾਰਟੀ ਦੇ ਮੁਖੀ ਨੂੰ ਕਿਹਾ ਜਾਂਦਾ ਹੈ ਪ੍ਰਧਾਨ ਮੰਤਰੀ। ਜਦੋਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਤਾਂ ਉਹ ਕਿਸ ਤਰ੍ਹਾਂ ਦੀ ਸਰਕਾਰ ਬਣੀ? ਗਠਬੰਧਨ ਸਰਕਾਰ। ਰਾਜ ਸਭਾ ਮੁੱਖ ਤੌਰ 'ਤੇ ਰਾਜਾਂ ਦੇ ਪ੍ਰਤੀਨਿਧੀ ਵਜੋਂ ਕੰਮ ਕਰਦੀ ਹੈ। ਕਾਨੂੰਨੀ ਤੌਰ 'ਤੇ ਬਿੱਲ ਨੂੰ ਲਾਗੂ ਕਰਨ ਲਈ ਕੀ ਜ਼ਰੂਰੀ ਹੈ? ਰਾਜ ਸਭਾ ਦੀ ਮਨਜ਼ੂਰੀ। ਲੋਕ ਸਭਾ ਦੁਆਰਾ ਸੰਸਦ ਵਿੱਚ ਪਾਸ ਕੀਤੇ ਕਾਨੂੰਨਾਂ ਦੀ ਸਮੀਖਿਆ ਕੌਣ ਕਰਦਾ ਹੈ? ਰਾਜ ਸਭਾ। ਰਾਜ ਸਭਾ ਵਿੱਚ ਚੁਣੇ ਹੋਏ ਮੈਂਬਰ ਹਨ 233। ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਗਏ ਮੈਂਬਰਾਂ ਦੀ ਗਿਣਤੀ ਹੈ 12।
17ਵੀਂ ਲੋਕ ਸਭਾ 2019 ਵਿੱਚ ਵੋਟਿੰਗ ਪ੍ਰਤੀਸ਼ਤ ਕਿੰਨੀ ਸੀ? 67.11%। 60 ਸਾਲ ਪਹਿਲਾਂ ਸੰਸਦ ਵਿੱਚ ਔਰਤਾਂ ਦੀ ਗਿਣਤੀ ਕਿੰਨੀ ਪ੍ਰਤੀਸ਼ਤ ਸੀ? 4%। ਇਸ ਸਮੇਂ ਸੰਸਦ ਵਿੱਚ ਔਰਤਾਂ ਦੀ ਗਿਣਤੀ ਕਿੰਨੇ ਪ੍ਰਤੀਸ਼ਤ ਹੈ? 11%। ਬ੍ਰਿਟਿਸ਼ ਸਰਕਾਰ ਕਿਸ ਕਾਨੂੰਨ ਦੇ ਤਹਿਤ ਲੋਕਾਂ ਨੂੰ ਬਿਨਾਂ ਮੁਕੱਦਮੇ ਦੇ ਕੈਦ ਕਰਦੀ ਸੀ? ਰੋਲਟ ਐਕਟ ਕਾਨੂੰਨ ਦੇ ਤਹਿਤ। ਰੋਲਟ ਐਕਟ ਕਦੋਂ ਲਾਗੂ ਹੋਇਆ? 10 ਮਾਰਚ 1919 ਨੂੰ। ਰੋਲਟ ਐਕਟ ਦਾ ਵਿਰੋਧ ਕਰਦੇ ਹੋਏ ਪੰਜਾਬ ਦੇ ਕ੍ਰਾਂਤੀਕਾਰੀ ਡਾਕਟਰ ਸੱਤਿਆਪਾਲ ਅਤੇ ਡਾਕਟਰ ਸੈਫੂਦੀਨ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਸੀ? 10 ਅਪ੍ਰੈਲ 1919 ਨੂੰ। ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਸਾਕਾ ਕਦੋਂ ਹੋਇਆ? 13 ਅਪ੍ਰੈਲ 1919 ਨੂੰ। ਜਲਿਆਂਵਾਲਾ ਬਾਗ ਦੇ ਸਾਕੇ ਵਿੱਚ ਗੋਲੀ ਚਲਾਉਣ ਦਾ ਹੁਕਮ ਕਿਸਨੇ ਦਿੱਤਾ? ਜਨਰਲ ਡਾਇਰ ਨੇ। ਅੰਗਰੇਜ਼ਾਂ ਨੇ ਦੇਸ਼ਦਰੋਹ ਐਕਟ 1870 ਵਿੱਚ ਪਾਸ ਕੀਤਾ ਸੀ। ਕਿਸ ਕਾਨੂੰਨ ਦੇ ਤਹਿਤ ਜੇਕਰ ਕੋਈ ਵਿਅਕਤੀ ਬ੍ਰਿਟਿਸ਼ ਸਰਕਾਰ ਦਾ ਵਿਰੋਧ ਜਾਂ ਆਲੋਚਨਾ ਕਰਦਾ ਹੈ ਤਾਂ ਉਸ 'ਤੇ ਵੀ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਦੇਸ਼ਦਰੋਹ ਐਕਟ ਦੇ ਤਹਿਤ। ਘਰੇਲੂ ਹਿੰਸਾ ਕਾਨੂੰਨ ਕਦੋਂ ਬਣਿਆ? 2005 ਵਿੱਚ। ਘਰੇਲੂ ਹਿੰਸਾ ਐਕਟ ਕਦੋਂ ਲਾਗੂ ਹੋਇਆ? 2006 ਵਿੱਚ। ਭਾਰਤ ਵਿੱਚ ਕਿਸ ਕਿਸਮ ਦੀ ਨਿਆਂ ਪ੍ਰਣਾਲੀ ਹੈ? ਸੁਤੰਤਰ ਨਿਆਂ ਪ੍ਰਣਾਲੀ। ਰਾਜ ਸਰਕਾਰਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਝਗੜਿਆਂ ਨੂੰ ਕੌਣ ਹੱਲ ਕਰਦਾ ਹੈ? ਨਿਆਂਪਾਲਿਕਾ। ਸੰਵਿਧਾਨ ਦੀ ਵਿਆਖਿਆ ਕਰਨ ਦਾ ਅਧਿਕਾਰ ਕਿਸ ਕੋਲ ਹੈ? ਨਿਆਂਪਾਲਿਕਾ ਕੋਲ। ਜੇਕਰ ਸੰਸਦ ਦੁਆਰਾ ਪਾਸ ਕੀਤਾ ਗਿਆ ਕੋਈ ਵੀ ਕਾਨੂੰਨ ਸੰਵਿਧਾਨ ਦੇ ਮੂਲ ਢਾਂਚੇ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ ਰੱਦ ਕਰਨ ਨੂੰ ਨਿਆਇਕ ਸਮੀਖਿਆ ਕਿਹਾ ਜਾਂਦਾ ਹੈ। ਜੇਕਰ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਲੱਗਦਾ ਹੈ ਕਿ ਉਹ ਉਸਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਉਹ ਕੀ ਕਰ ਸਕਦਾ ਹੈ? ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਵਿੱਚ ਅਪੀਲ ਕਰ ਸਕਦਾ ਹੈ। ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਹਰ ਨਾਗਰਿਕ ਨੂੰ ਜੀਵਨ ਦਾ ਮੌਲਿਕ ਅਧਿਕਾਰ ਦਿੱਤਾ ਗਿਆ ਹੈ? ਧਾਰਾ 21 ਵਿੱਚ। ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ? 26 ਜਨਵਰੀ 1950 ਵਿੱਚ। ਸੁਤੰਤਰਤਾ ਤੋਂ ਪਹਿਲਾਂ ਸੁਪਰੀਮ ਕੋਰਟ ਨੂੰ ਕੀ ਕਿਹਾ ਜਾਂਦਾ ਸੀ? ਭਾਰਤ ਦੀ ਸੰਘੀ ਅਦਾਲਤ। 1937 ਤੋਂ 1949 ਤੱਕ। ਅਦਾਲਤ ਨੂੰ ਇੱਕ ਸੁਤੰਤਰ ਇਮਾਰਤ ਵਿੱਚ ਕਦੋਂ ਤਬਦੀਲ ਕੀਤਾ ਗਿਆ? 1958 ਵਿੱਚ। ਸੁਤੰਤਰ ਭਵਨ ਦੇ ਸਾਹਮਣੇ ਅਦਾਲਤ ਕਿੱਥੇ ਹੁੰਦੀ ਸੀ? ਸੰਸਦ ਭਵਨ ਦੇ ਅੰਦਰ, ਚੈਂਬਰ ਆਫ ਪ੍ਰਿੰਸਿਸ ਵਿੱਚ। ਨਿਆਂਪਾਲਿਕਾ ਦੇ ਕੰਮ ਵਿੱਚ ਦਖਲ ਨਹੀਂ ਦੇ ਸਕਦਾ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ। ਭਾਰਤ ਵਿੱਚ ਨਿਆਂ ਪ੍ਰਣਾਲੀ ਨੂੰ ਕਿੰਨੇ ਪੱਧਰਾਂ ਵਿੱਚ ਵੰਡਿਆ ਗਿਆ ਹੈ? 3। ਜ਼ਿਲ੍ਹਾ ਅਦਾਲਤ, ਹਾਈ ਕੋਰਟ, ਸੁਪਰੀਮ ਕੋਰਟ। ਸੁਤੰਤਰਤਾ ਤੋਂ ਪਹਿਲਾਂ ਹਾਈ ਕੋਰਟ ਕਿੱਥੇ ਸਥਾਪਿਤ ਕੀਤੀ ਗਈ ਸੀ? ਕੋਲਕਾਤਾ, ਮੁੰਬਈ, ਮਦਰਾਸ ਵਿੱਚ 1865 ਵਿੱਚ। ਦਿੱਲੀ ਹਾਈ ਕੋਰਟ ਦੀ ਸਥਾਪਨਾ ਕਦੋਂ ਹੋਈ ਸੀ? 1966 ਵਿੱਚ। ਅੱਜ ਦੇਸ਼ ਵਿੱਚ ਕਿੰਨੀਆਂ ਹਾਈ ਕੋਰਟਾਂ ਹਨ? 25। ਭਾਰਤ ਦੇ ਕਿਹੜੇ ਰਾਜ ਹਨ ਜਿੱਥੇ ਦੋ ਰਾਜਾਂ ਵਿੱਚ ਇੱਕ ਹਾਈ ਕੋਰਟ ਹੈ? ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ। ਅਸਾਮ, ਨਾਗਾਲੈਂਡ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਦਾ ਹਾਈ ਕੋਰਟ ਹੈ ਗੁਹਾਟੀ ਹਾਈ ਕੋਰਟ। ਭਾਰਤ ਵਿੱਚ ਕਿਸ ਕਿਸਮ ਦੀ ਨਿਆਂ ਪ੍ਰਣਾਲੀ ਹੈ? ਏਕੀਕ੍ਰਿਤ ਨਿਆਂ ਪ੍ਰਣਾਲੀ।
ਏਕੀਕ੍ਰਿਤ ਨਿਆਂ ਪ੍ਰਣਾਲੀ ਦਾ ਕੀ ਅਰਥ ਹੈ? ਉੱਚ ਅਦਾਲਤਾਂ ਦੇ ਫੈਸਲੇ ਸਾਰੀਆਂ ਹੇਠਲੀਆਂ ਅਦਾਲਤਾਂ 'ਤੇ ਲਾਗੂ ਹੋਣਗੇ। ਜ਼ਮੀਨ ਦੀ ਵਿਕਰੀ, ਚੀਜ਼ਾਂ ਦੀ ਖਰੀਦ, ਤਲਾਕ ਆਦਿ ਨਾਲ ਸੰਬੰਧਿਤ ਵਿਵਾਦ ਕਿਸ ਕਿਸਮ ਦੇ ਕਾਨੂੰਨ ਅਧੀਨ ਆਉਂਦੇ ਹਨ? ਸਿਵਲ ਕਾਨੂੰਨ ਦੇ ਅਧੀਨ। ਦਾਜ, ਚੋਰੀ, ਕਤਲ ਆਦਿ ਵਰਗੇ ਝਗੜੇ ਕਿਸ ਕਿਸਮ ਦੇ ਕਾਨੂੰਨ ਅਧੀਨ ਆਉਂਦੇ ਹਨ? ਅਪਰਾਧਿਕ ਕਾਨੂੰਨ ਦੇ ਅਧੀਨ। ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦੀ ਪ੍ਰਣਾਲੀ ਕਦੋਂ ਵਿਕਸਿਤ ਹੋਈ? 1980 ਵਿੱਚ। ਸਕੂਲ ਵਿੱਚ ਮਿਡ ਡੇ ਮੀਲ ਕਿਸ ਅਧਿਕਾਰ ਦੇ ਤਹਿਤ ਦਿੱਤਾ ਜਾਂਦਾ ਹੈ? ਆਰਟੀਕਲ 21 ਦੇ ਤਹਿਤ ਜੀਵਨ ਦਾ ਅਧਿਕਾਰ। ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਹਰ ਵਿਅਕਤੀ ਨੂੰ ਵਕੀਲ ਰਾਹੀਂ ਆਪਣਾ ਬਚਾਅ ਕਰਨ ਦਾ ਮੌਲਿਕ ਅਧਿਕਾਰ ਹੈ? ਸੰਵਿਧਾਨ ਦੀ ਧਾਰਾ 22। ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਰਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਨਾਗਰਿਕਾਂ ਨੂੰ ਵਕੀਲ ਪ੍ਰਦਾਨ ਕਰੇ? ਧਾਰਾ 39A। ਸੰਵਿਧਾਨ ਦੇ ਆਰਟੀਕਲ 22 ਅਤੇ ਫੌਜਦਾਰੀ ਕਾਨੂੰਨ ਵਿੱਚ ਗ੍ਰਿਫਤਾਰੀ ਦੇ ਸਮੇਂ ਹਰ ਵਿਅਕਤੀ ਨੂੰ ਕਿਹੜੇ ਬੁਨਿਆਦੀ ਅਧਿਕਾਰ ਦਿੱਤੇ ਗਏ ਹਨ? ਗ੍ਰਿਫਤਾਰੀ ਦੇ ਸਮੇਂ ਉਸਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਗ੍ਰਿਫਤਾਰੀ ਕਿਉਂ ਕੀਤੀ ਜਾ ਰਹੀ ਹੈ, ਕਿਸ ਧਾਰਾ ਦੇ ਤਹਿਤ ਛੂਤਛਾਤ ਨੂੰ ਖਤਮ ਕੀਤਾ ਗਿਆ ਹੈ? ਆਰਟੀਕਲ 17। ਕਿਸ ਆਰਟੀਕਲ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਕਿਸੇ ਵੀ ਨਾਗਰਿਕ ਨਾਲ ਧਰਮ, ਨਸਲ, ਜਾਤ, ਲਿੰਗ ਜਾਂ ਜਨਮ ਸਥਾਨ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾਵੇਗਾ? ਧਾਰਾ 15। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ਕਦੋਂ ਪਾਸ ਕੀਤਾ ਗਿਆ? 1999 ਵਿੱਚ। ਭੋਪਾਲ ਗੈਸ ਤ੍ਰਾਸਦੀ ਕਦੋਂ ਵਾਪਰੀ ਸੀ? 2 ਦਸੰਬਰ 1984 ਵਿੱਚ। ਭੋਪਾਲ ਗੈਸ ਤ੍ਰਾਸਦੀ ਵਿੱਚ ਕਿਹੜੀ ਗੈਸ ਲੀਕ ਹੋਈ? ਮਿਥਾਇਲ ਆਈਸੋਸਾਇਨੇਟ। ਜੇਕਰ ਕਿਸੇ ਸੰਸਥਾ ਵਿੱਚ ਔਰਤਾਂ ਦੀ ਗਿਣਤੀ 30 ਤੋਂ ਵੱਧ ਹੈ ਤਾਂ ਉਸ ਸੰਸਥਾ ਨੂੰ ਕਾਨੂੰਨੀ ਤੌਰ 'ਤੇ ਕੀ ਬਣਾਉਣਾ ਹੋਵੇਗਾ? ਕਿੰਡਰਗਾਰਟਨ। ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਔਰਤਾਂ ਖੇਤੀ ਵਿੱਚ ਲੱਗੀਆਂ ਹੋਈਆਂ ਹਨ? 83.6%। ਰੇਲਵੇ ਦੀ ਪਹਿਲੀ ਮਹਿਲਾ ਇੰਜਨ ਡਰਾਈਵਰ ਕੌਣ ਬਣੀ? ਝਾਰਖੰਡ ਦੀ ਲਕਸ਼ਮੀ ਲਾਕਰਾ। ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ 2014 ਵਿੱਚ ਸ਼ੁਰੂ ਹੋਈ। ਘਰ ਵਿੱਚ ਔਰਤਾਂ ਵਿਰੁੱਧ ਸਰੀਰਕ ਅਤੇ ਮਾਨਸਿਕ ਹਿੰਸਾ ਨੂੰ ਰੋਕਣ ਲਈ ਕਾਨੂੰਨੀ ਸੁਰੱਖਿਆ ਕਦੋਂ ਮਿਲੀ? 2006 ਵਿੱਚ। ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ। 2011 ਦੀ ਆਬਾਦੀ ਦੇ ਅਨੁਸਾਰ ਕੁੱਲ ਆਬਾਦੀ ਵਿੱਚ ਔਰਤਾਂ ਦਾ ਪ੍ਰਤੀਸ਼ਤ 48.5%। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਕੁੱਲ ਆਬਾਦੀ ਵਿੱਚ ਮੁਸਲਮਾਨਾਂ ਦਾ ਪ੍ਰਤੀਸ਼ਤ 14.2% ਅਤੇ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਕੁੱਲ ਆਬਾਦੀ ਵਿੱਚ ਦਲਿਤਾਂ ਦੀ ਪ੍ਰਤੀਸ਼ਤ ਹੈ 16.6% ਅਤੇ ਆਦਿਵਾਸੀਆਂ ਦਾ ਪ੍ਰਤੀਸ਼ਤ ਹੈ 8.6%। ਗ੍ਰਾਮ ਪੰਚਾਇਤ ਦੇ ਕੰਮ ਕੀ ਹਨ? ਸੜਕਾਂ, ਡਰੇਨਾਂ, ਸਕੂਲਾਂ, ਇਮਾਰਤਾਂ, ਪਾਣੀ ਦੇ ਸਰੋਤਾਂ ਅਤੇ ਹੋਰ ਜਨਤਕ ਉਪਯੋਗੀ ਇਮਾਰਤਾਂ ਦਾ ਨਿਰਮਾਣ ਅਤੇ ਰੱਖ ਰਖਾਵ, ਸਥਾਨਕ ਟੈਕਸ ਲਗਾਉਣਾ ਅਤੇ ਇਕੱਠਾ ਕਰਨਾ, ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਸਰਕਾਰੀ ਸਕੀਮਾਂ ਨੂੰ ਲਾਗੂ ਕਰਨਾ। ਗ੍ਰਾਮ ਪੰਚਾਇਤ ਦੀ ਆਮਦਨ ਦੇ ਸਰੋਤ ਹਨ ਬਾਜ਼ਾਰਾਂ ਤੋਂ ਪ੍ਰਾਪਤ ਟੈਕਸ, ਵੱਖ ਵੱਖ ਸਕੀਮਾਂ ਰਾਹੀਂ ਪ੍ਰਾਪਤ ਕੀਤੀਆਂ ਰਕਮ, ਕਮਿਊਨਿਸਟ ਕੰਮਾਂ ਲਈ ਪ੍ਰਾਪਤ ਦਾਨ। ਲੋਕਤੰਤਰੀ ਸਰਕਾਰ ਦਾ ਪਹਿਲਾ ਸਥਾਨ ਹੈ ਗ੍ਰਾਮ ਪੰਚਾਇਤ। ਗ੍ਰਾਮ ਪੰਚਾਇਤ ਕਿਸ ਨੂੰ ਜਵਾਬਦੇਹੀ ਹੈ? ਗ੍ਰਾਮ ਸਭਾ ਨੂੰ।
ਗ੍ਰਾਮ ਪੰਚਾਇਤ ਗ੍ਰਾਮ ਸਭਾ ਨੂੰ ਜਵਾਬਦੇਹੀ ਕਿਉਂ ਹੈ? ਗ੍ਰਾਮ ਪੰਚਾਇਤ ਦੀ ਚੋਣ ਗ੍ਰਾਮ ਸਭਾ ਦੁਆਰਾ ਹੀ ਕੀਤੀ ਜਾਂਦੀ ਹੈ। ਕਿਹੜੀ ਸੰਸਥਾ ਗ੍ਰਾਮ ਪੰਚਾਇਤ ਤੋਂ ਉੱਪਰ ਹੈ? ਪੰਚਾਇਤ ਸਮਿਤੀ। ਕਿਹੜੀ ਸੰਸਥਾ ਪੰਚਾਇਤ ਸਮਿਤੀ ਤੋਂ ਉੱਪਰ ਹੈ? ਜ਼ਿਲ੍ਹਾ ਪੰਚਾਇਤ ਜਾਂ ਜ਼ਿਲ੍ਹਾ ਪ੍ਰੀਸ਼ਦ। ਪਟਵਾਰੀ ਦਾ ਮੁੱਖ ਕੰਮ ਜ਼ਮੀਨ ਨੂੰ ਮਾਪਣਾ ਅਤੇ ਇਸ ਦਾ ਰਿਕਾਰਡ ਰੱਖਣਾ। ਪਟਵਾਰੀ ਕੋਲ ਲੋਹੇ ਦੀ ਲੰਬੀ ਜੰਜੀਰ ਹੈ, ਇਸ ਨੂੰ ਕਿਹਾ ਜਾਂਦਾ ਹੈ ਜਰੀਬ। ਜ਼ਿਲ੍ਹੇ ਦਾ ਮੁੱਖ ਅਧਿਕਾਰੀ ਜ਼ਿਲ੍ਹਾ ਅਧਿਕਾਰੀ। ਤਹਿਸੀਲ ਦਾ ਮੁੱਖ ਅਫਸਰ ਤਹਿਸੀਲਦਾਰ। ਪਟਵਾਰੀ ਦੇ ਕੰਮ ਦਾ ਨਿਰੀਖਣ ਕਰਦਾ ਹੈ ਤਹਿਸੀਲਦਾਰ। ਵਿਦਿਆਰਥੀ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਦਾ ਹੈ ਤਹਿਸੀਲਦਾਰ। ਕਿਸ ਕਾਨੂੰਨ ਵਿੱਚ ਪਿਤਾ ਦੀ ਜ਼ਮੀਨ 'ਤੇ ਪੁੱਤਰਾਂ ਅਤੇ ਧੀਆਂ ਦਾ ਬਰਾਬਰ ਅਧਿਕਾਰ ਹੈ? ਹਿੰਦੂ ਐਕਟ ਸੈਕਸ਼ਨ 2005। ਦੁਨੀਆ ਦੇ ਕੁੱਲ 193 ਦੇਸ਼ਾਂ ਵਿੱਚੋਂ ਕਿੰਨਾਂ ਦੇਸ਼ਾਂ ਵਿੱਚ ਸੰਘੀ ਸਰਕਾਰ ਪ੍ਰਣਾਲੀ ਹੈ? 25 ਦੇਸ਼ਾਂ ਵਿੱਚ। ਸੰਘੀ ਸਰਕਾਰ ਪ੍ਰਣਾਲੀ ਵਿੱਚ ਸਰਵਉੱਚ ਸ਼ਕਤੀ ਕੇਂਦਰ ਅਥਾਰਟੀ ਅਤੇ ਇਸ ਦੀਆਂ ਵੱਖ ਵੱਖ ਸਹਾਇਕ ਇਕਾਈਆਂ ਵਿੱਚ ਵੰਡੀ ਜਾਂਦੀ ਹੈ। ਕਿੰਨੇ ਤਰੀਕਿਆਂ ਨਾਲ ਇੱਕ ਸੰਘੀ ਸਰਕਾਰ ਪ੍ਰਣਾਲੀ ਬਣਾਈ ਜਾ ਸਕਦੀ ਹੈ? ਦੋ ਤਰੀਕਿਆਂ ਨਾਲ। ਦੋ ਜਾਂ ਦੋ ਤੋਂ ਵੱਧ ਰਾਸ਼ਟਰ ਇੱਕ ਸੰਘ ਬਣਾਉਣ ਲਈ ਇਕੱਠੇ ਹੋ ਸਕਦੇ ਹਨ, ਜਿਵੇਂ ਕਿ ਸੰਯੁਕਤ ਰਾਜ ਅਮਰੀਕਾ, ਸਵਿਟਜ਼ਰਲੈਂਡ ਅਤੇ ਆਸਟ੍ਰੇਲੀਆ। ਦੂਜਾ ਤਰੀਕਾ ਹੈ ਅੰਦਰੂਨੀ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ ਅੰਦਰ ਰਾਜ ਬਣਾਉਣਾ ਅਤੇ ਫਿਰ ਰਾਜ ਅਤੇ ਰਾਸ਼ਟਰੀ ਸਰਕਾਰਾਂ ਵਿਚਕਾਰ ਸ਼ਕਤੀ ਨੂੰ ਵੰਡਣਾ, ਜਿਵੇਂ ਭਾਰਤ, ਸਪੇਨ, ਬੈਲਜੀਅਮ ਆਦਿ। ਭਾਰਤ ਨੂੰ ਕਿਹਾ ਜਾਂਦਾ ਹੈ ਰਾਜਾਂ ਦਾ ਸੰਘ। ਨੈਕਸਟ ਕੁਸ਼ਚਨ ਹੈਗਾ, ਭਾਰਤੀ ਸੰਵਿਧਾਨ ਵਿੱਚ ਬੁਨਿਆਦੀ ਤੌਰ 'ਤੇ ਸਰਕਾਰ ਦੇ ਕਿੰਨੇ ਪੱਧਰ ਪ੍ਰਦਾਨ ਕੀਤੇ ਹਨ? ਦੋ, ਰਾਜ ਸਰਕਾਰ ਅਤੇ ਕੇਂਦਰ ਸਰਕਾਰ। ਭਾਰਤ ਵਿੱਚ ਸ਼ਾਸਨ ਦਾ ਤੀਜਾ ਪੱਧਰ ਹੈ ਪੰਚਾਇਤ ਅਤੇ ਨਗਰਪਾਲਿਕਾ। ਸੰਘੀ ਸੂਚੀ ਵਿੱਚ ਕਿਹੜੇ ਵਿਸ਼ੇ ਆਉਂਦੇ ਹਨ? ਰੱਖਿਆ, ਵਿਦੇਸ਼ੀ ਮਾਮਲੇ, ਬੈਂਕਿੰਗ, ਸੰਚਾਰ ਅਤੇ ਮੁਦਰਾ ਵਰਗੇ ਰਾਸ਼ਟਰੀ ਮਹੱਤਵ ਵਾਲੇ ਵਿਸ਼ੇ ਸ਼ਾਮਲ ਹੁੰਦੇ ਹਨ। ਕੇਂਦਰੀ ਸੂਚੀ ਦੇ ਵਿਸ਼ੇ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ? ਕੇਂਦਰ ਸਰਕਾਰ ਕੋਲ। ਰਾਜ ਸੂਚੀ ਵਿੱਚ ਕਿਹੜੇ ਵਿਸ਼ੇ ਹਨ? ਰਾਜ ਸੂਚੀ ਵਿੱਚ ਸੂਬਾਈ ਅਤੇ ਸਥਾਨਕ ਮਹੱਤਤਾ ਵਾਲੇ ਵਿਸ਼ੇ ਸ਼ਾਮਲ ਹਨ, ਜਿਵੇਂ ਕਿ ਪੁਲਿਸ, ਵਪਾਰ, ਵਣਜ, ਖੇਤੀਬਾੜੀ ਅਤੇ ਸਿੰਚਾਈ। ਕਿਸ ਨੂੰ ਸਿਰਫ ਰਾਜ ਸੂਚੀ ਦੇ ਵਿਸ਼ੇ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ? ਰਾਜ ਸਰਕਾਰ। ਸੰਵਿਧਾਨ ਵਿੱਚ ਕਿੰਨੀਆਂ ਸੂਚੀਆਂ ਹਨ? 3, ਸੰਘ ਸੂਚੀ, ਰਾਜ ਸੂਚੀ ਅਤੇ ਸਮਕਾਲੀ ਸੂਚੀ। ਸੰਘ ਦੀ ਸੂਚੀ ਦਾ ਜ਼ਿਕਰ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਹੈ? 7ਵੀਂ ਵਿੱਚ। ਕਿਸ ਸੰਵਿਧਾਨਿਕ ਸੋਧ ਦੇ ਤਹਿਤ 5 ਵਿਸ਼ੇ ਰਾਜ ਸੂਚੀ ਅਤੇ ਸਮਵਰਤੀ ਸੂਚੀ ਵਿੱਚ ਸ਼ਾਮਿਲ ਕੀਤੇ ਹਨ? ਰਾਜ ਸੂਚੀ ਤੋਂ ਸਮਵਰਤੀ ਸੂਚੀ ਵਿੱਚ ਸ਼ਾਮਿਲ ਕੀਤੇ ਹਨ 92 ਸੰਵਿਧਾਨ ਸੋਧਕ ਐਕਟ 1976 ਵਿੱਚ। 1976 ਵਿੱਚ 92 ਸੰਵਿਧਾਨਿਕ ਸੋਧ ਵਿੱਚ ਰਾਜ ਸੂਚੀ ਸਮਵਰਤੀ ਸੂਚੀ ਵਿੱਚ ਕਿਹੜੇ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ? ਸਿੱਖਿਆ, ਜੰਗਲਾਤ, ਵਜਨ ਅਤੇ ਮਾਪ, ਜੰਗਲੀ ਜਾਨਵਰ ਅਤੇ ਪੰਛੀਆਂ ਦੀ ਸਾਂਭ ਸੰਭਾਲ, ਨਿਆਂ ਦਾ ਪ੍ਰਸ਼ਾਸਨ। ਸਮਵਰਤੀ ਸੂਚੀ ਵਿੱਚ ਕਿਹੜੇ ਵਿਸ਼ੇ ਹਨ? ਸਮਵਰਤੀ ਸੂਚੀ ਵਿੱਚ ਸਿੱਖਿਆ, ਜੰਗਲਾਤ, ਟ੍ਰੇਡ ਯੂਨੀਅਨ, ਵਿਆਹ, ਗੋਦ ਲੈਣ ਅਤੇ ਉੱਤਰਾਧਿਕਾਰ ਵਰਗੇ ਵਿਸ਼ੇ ਸ਼ਾਮਲ ਹਨ। ਸਮਵਰਤੀ ਸੂਚੀ ਦੇ ਵਿਸ਼ੇ 'ਤੇ ਕਾਨੂੰਨ ਕੌਣ ਬਣਾਉਂਦਾ ਹੈ? ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ। ਜਦੋਂ ਸਮਵਰਤੀ ਸੂਚੀ ਵਿੱਚ ਕਿਸੇ ਵਿਸ਼ੇ 'ਤੇ ਕਾਨੂੰਨ ਬਣਾਉਣ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਟਕਰਾਅ ਹੁੰਦਾ ਹੈ ਤਾਂ ਆਖਿਰਕਾਰ ਕਿਸ ਦੁਆਰਾ ਬਣਾਇਆ ਗਿਆ ਕਾਨੂੰਨ ਜਾਇਜ਼ ਹੋਵੇਗਾ? ਕੇਂਦਰ ਸਰਕਾਰ ਦੁਆਰਾ। ਰਾਜ ਸੂਚੀ ਅਤੇ ਸਮਵਰਤੀ ਸੂਚੀ ਵਿੱਚ ਸ਼ਾਮਿਲ ਨਾ ਹੋਣ ਵਾਲੇ
ਵਿਸ਼ਿਆਂ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਕੇਂਦਰ ਸਰਕਾਰ ਨੂੰ? ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਕੁਝ ਰਾਜਾਂ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ? ਧਾਰਾ 371 ਕਿਹੜੇ ਰਾਜਾਂ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਿਆ ਹੈ? ਨਾਗਾਲੈਂਡ, ਅਸਮ, ਮਣੀਪੁਰ, ਸਿੱਕਮ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼। ਉਹ ਕਿਹੜੀਆਂ ਥਾਵਾਂ ਹਨ ਜੋ ਕਿਸੇ ਵੀ ਰਾਜ ਦਾ ਹਿੱਸਾ ਨਹੀਂ ਬਣਦੀਆਂ? ਕੇਂਦਰ ਸ਼ਾਸਿਤ ਪ੍ਰਦੇਸ਼। ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਸੱਤਾ ਦੀ ਵੰਡ ਦੀ ਪ੍ਰਣਾਲੀ ਨੂੰ ਬਦਲਣਾ ਹੈ ਤਾਂ ਕਿੰਨੇ ਬਹੁਮਤ ਦੀ ਲੋੜ ਹੈ? ਦੋਨਾਂ ਸਦਨਾਂ ਵਿੱਚ 2/3 ਬਹੁਮਤ, ਇਸ ਤੋਂ ਬਾਅਦ ਰਾਜ ਵਿਧਾਨ ਸਭਾ ਤੋਂ ਇਸ ਦੀ ਪ੍ਰਵਾਨਗੀ। ਭਾਰਤ ਵਿੱਚ ਰਾਜ ਕਿਸ ਆਧਾਰ 'ਤੇ ਬਣੇ ਹਨ? ਭਾਸ਼ਾ ਦੇ ਆਧਾਰ 'ਤੇ। ਉਹ ਕਿਹੜੇ ਰਾਜ ਹਨ ਜੋ ਸੱਭਿਆਚਾਰ, ਭੂਗੋਲ ਅਤੇ ਨਸਲਾਂ ਦੀ ਵਿਭਿੰਨਤਾ ਦੇ ਆਧਾਰ 'ਤੇ ਬਣੇ ਹਨ? ਨਾਗਾਲੈਂਡ, ਉੱਤਰਾਖੰਡ ਅਤੇ ਝਾਰਖੰਡ ਵਰਗੇ ਰਾਜ। ਭਾਰਤ ਦੀ ਰਾਜ ਭਾਸ਼ਾ ਹੈ ਹਿੰਦੀ। ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਹਿੰਦੀ ਬੋਲਦੇ ਹਨ? 40%। ਹਿੰਦੀ ਤੋਂ ਇਲਾਵਾ ਕਿੰਨੀਆਂ ਭਾਸ਼ਾਵਾਂ ਨੂੰ ਸੰਵਿਧਾਨ ਵਿੱਚ ਅਨੁਸੂਚਿਤ ਭਾਸ਼ਾ ਦਾ ਦਰਜਾ ਮਿਲਿਆ ਹੈ? 21 ਭਾਸ਼ਾ ਦਾ। ਸੰਵਿਧਾਨ ਅਨੁਸਾਰ ਸਰਕਾਰੀ ਕੰਮਕਾਜ ਦੀ ਭਾਸ਼ਾ ਵਜੋਂ ਅੰਗਰੇਜ਼ੀ ਦੀ ਵਰਤੋਂ ਕਦੋਂ ਬੰਦ ਹੋਣੀ ਚਾਹੀਦੀ ਸੀ? 1965 ਵਿੱਚ। 1965 ਤੋਂ ਬਾਅਦ ਗੈਰ ਹਿੰਦੀ ਭਾਸ਼ੀ ਰਾਜਾਂ ਦੀ ਕੀ ਮੰਗ ਸੀ? ਅੰਗਰੇਜ਼ੀ ਭਾਸ਼ਾ 'ਤੇ ਪਾਬੰਦੀ। ਭਾਰਤ ਵਿੱਚ ਗੱਠਜੋੜ ਸਰਕਾਰਾਂ ਦਾ ਦੌਰ ਕਦੋਂ ਸ਼ੁਰੂ ਹੋਇਆ? 1990 ਵਿੱਚ। ਭਾਰਤ ਵਿੱਚ ਮਾਤ ਭਾਸ਼ਾ ਵਜੋਂ ਕਿੰਨੀਆਂ ਭਾਸ਼ਾਵਾਂ ਦਰਜ ਕੀਤੀਆਂ ਹਨ? 1300। ਕਿਹੜੀਆਂ ਭਾਸ਼ਾਵਾਂ ਨੂੰ ਗਰੁੱਪ ਬਣਾ ਕੇ ਹਿੰਦੀ ਭਾਸ਼ਾ ਵਿੱਚ ਜੋੜਿਆ ਗਿਆ ਹੈ? ਜਿਵੇਂ ਭੋਜਪੁਰੀ, ਮਾਗਧੀ, ਬੁਦੇਲਖੰਡੀ, ਛੱਤੀਸਗੜ੍ਹੀ, ਰਾਜਸਥਾਨੀ। ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਰੱਖਿਆ ਗਿਆ ਹੈ? 22। 22 ਭਾਸ਼ਾਵਾਂ ਨੂੰ 8ਵੀਂ ਅਨੁਸੂਚੀ ਵਿੱਚ ਰੱਖੇ ਜਾਣ ਕਾਰਨ ਇਹਨਾਂ ਭਾਸ਼ਾਵਾਂ ਨੂੰ ਅਨੁਸੂਚਿਤ ਭਾਸ਼ਾਵਾਂ ਕਿਹਾ ਜਾਂਦਾ ਹੈ। ਜਿਹੜੀਆਂ ਭਾਸ਼ਾਵਾਂ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸ਼ਾਮਿਲ ਨਹੀਂ ਕੀਤੀਆਂ ਗਈਆਂ ਹਨ ਉਹਨਾਂ ਨੂੰ ਗੈਰ ਅਨੁਸੂਚਿਤ ਭਾਸ਼ਾ ਕਿਹਾ ਜਾਂਦਾ ਹੈ। ਕਿੰਨਾ ਲਈ ਸਥਾਨਕ ਸਵੈ ਸ਼ਾਸਨ ਵਿੱਚ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ? ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਅਤੇ ਪਛੜੀਆਂ ਜਾਤੀਆਂ ਲਈ। ਸਥਾਨਕ ਸਵੈ ਸ਼ਾਸਨ ਵਿੱਚ ਔਰਤਾਂ ਨੂੰ ਕਿੰਨਾ ਰਾਖਵਾਂਕਰਨ ਮਿਲਿਆ ਹੈ? 1/3। ਕਿਹੜੀ ਸੰਸਥਾ ਰਾਜ ਵਿੱਚ ਪੰਚਾਇਤ ਅਤੇ ਨਗਰ ਨਿਗਮਾਂ ਚੋਣ ਕਰਵਾਉਂਦੀ ਹੈ? ਰਾਜ ਚੋਣ ਕਮਿਸ਼ਨ। ਹਰ ਪਿੰਡ ਵਿੱਚ ਇੱਕ ਗ੍ਰਾਮ ਪੰਚਾਇਤ ਹੁੰਦੀ ਹੈ। ਗ੍ਰਾਮ ਪੰਚਾਇਤ ਮੈਂਬਰ ਚੁਣੇ ਜਾਂਦੇ ਹਨ ਵਾਰਡ ਤੋਂ। ਗ੍ਰਾਮ ਪੰਚਾਇਤ ਦੇ ਮੈਂਬਰਾਂ ਨੂੰ ਕੀ ਕਿਹਾ ਜਾਂਦਾ ਹੈ? ਪੰਚ। ਕਈ ਗ੍ਰਾਮ ਪੰਚਾਇਤਾਂ ਨੂੰ ਮਿਲ ਕੇ ਕੀ ਬਣਾਇਆ ਜਾਂਦਾ ਹੈ? ਪੰਚਾਇਤ ਸਮਿਤੀ। ਸਾਰੀਆਂ ਪੰਚਾਇਤ ਕਮੇਟੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ ਜ਼ਿਲ੍ਹਾ ਪ੍ਰੀਸ਼ਦ। ਕਿਸ ਦੇ ਮੈਂਬਰ ਜ਼ਿਲ੍ਹੇ ਦੇ ਸੰਸਦ ਮੈਂਬਰ ਅਤੇ ਵਿਧਾਇਕ ਹਨ? ਜ਼ਿਲ੍ਹਾ ਪ੍ਰੀਸ਼ਦ। ਦੁਨੀਆ ਦੇ ਕਿਹੜੇ ਦੇਸ਼ਾਂ ਵਿੱਚ ਔਰਤਾਂ ਦੀ ਭਾਗੀਦਾਰੀ ਦਾ ਪੱਧਰ ਬਹੁਤ ਉੱਚਾ ਹੈ? ਸਵੀਡਨ, ਨਾਰਵੇ ਅਤੇ ਫਿਨਲੈਂਡ। ਲੋਕ ਸਭਾ 2019 ਵਿੱਚ ਮਹਿਲਾ ਸੰਸਦ ਮੈਂਬਰਾਂ ਦੀ ਪ੍ਰਤੀਸ਼ਤਤਾ ਸੀ 14.36। ਭਾਰਤ ਦੇ ਸੰਵਿਧਾਨ ਵਿੱਚ ਕਿਸ ਧਰਮ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ? ਕਿਸੇ ਧਰਮ ਨੂੰ ਨਹੀਂ। ਸ਼੍ਰੀਲੰਕਾ ਵਿੱਚ ਕਿਸ ਧਰਮ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ? ਬੌਧ ਧਰਮ ਨੂੰ। ਲੋਕਾਂ ਦੀ ਇੱਕ ਸੰਸਥਾ ਜੋ ਚੋਣ ਲੜਨਾ ਚਾਹੁੰਦੇ ਹਨ ਅਤੇ ਸਰਕਾਰ ਵਿੱਚ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨਾ ਚਾਹੁੰਦੇ ਹਨ, ਅਖਵਾਉਂਦੇ ਹਨ, ਰਾਜਨੀਤਿਕ ਦਲ। ਕਿਸੇ ਪਾਰਟੀ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ? ਕਿਸੇ ਪਾਰਟੀ ਦੀ ਪਛਾਣ ਉਸ ਦੀਆਂ ਨੀਤੀਆਂ ਅਤੇ ਇਸ ਦੇ ਸਮਾਜਿਕ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।
ਇੱਕ ਰਾਜਨੀਤਿਕ ਪਾਰਟੀ ਦੇ ਤਿੰਨ ਮੁੱਖ ਹਿੱਸੇ ਹੁੰਦੇ ਹਨ, ਨੇਤਾ, ਸਰਗਰਮ ਮੈਂਬਰ ਅਤੇ ਸਮਰਥਕ। ਚੋਣ ਹਾਰਨ ਵਾਲੀ ਪਾਰਟੀ ਦੀ ਭੂਮਿਕਾ ਨਿਭਾਉਂਦੀ ਹੈ ਵਿਰੋਧੀ ਜਾਂ ਵਿਰੋਧੀ ਪਾਰਟੀ ਦੀ ਭੂਮਿਕਾ। ਭਾਰਤ ਵਿੱਚ ਚੋਣ ਕਮਿਸ਼ਨ ਕੋਲ ਕਿੰਨੀਆਂ ਪਾਰਟੀਆਂ ਰਜਿਸਟਰਡ ਹਨ? 750। ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੇ ਆਪ ਨੂੰ ਕਿੱਥੇ ਰਜਿਸਟਰ ਕਰਵਾਉਣਾ ਪੈਂਦਾ ਹੈ ਚੋਣ ਕਮਿਸ਼ਨ ਵਿੱਚ? ਕਿਸੇ ਵੀ ਪਾਰਟੀ ਨੂੰ ਆਪਣੇ ਰਾਜ ਵਿੱਚ ਸਿਆਸੀ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਕੀ ਸ਼ਰਤ ਹੈ? ਵਿਧਾਨ ਸਭਾ ਚੋਣਾਂ ਵਿੱਚ ਕੁੱਲ ਵੋਟਾਂ ਦਾ 6% ਜਾਂ ਇਸ ਤੋਂ ਵੱਧ ਅਤੇ ਘੱਟੋ ਘੱਟ 2 ਸੀਟਾਂ ਜਿੱਤਣਾ ਲਾਜ਼ਮੀ। ਚੋਣ ਕਮਿਸ਼ਨ ਦੁਆਰਾ ਰਾਸ਼ਟਰੀ ਪਾਰਟੀ ਦੀ ਮਾਨਤਾ ਪ੍ਰਾਪਤ ਕਰਨ ਲਈ ਕਿਹੜੀ ਸ਼ਰਤ ਰੱਖੀ ਗਈ ਹੈ? ਲੋਕ ਸਭਾ ਚੋਣਾਂ ਵਿੱਚ ਕੁੱਲ ਮਤਦਾਨ ਦਾ 6% ਜਾਂ ਵੱਧ ਪ੍ਰਾਪਤ ਕਰਨਾ ਅਤੇ ਘੱਟੋ ਘੱਟ 4 ਸੀਟਾਂ ਜਿੱਤਣੀਆਂ। ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ? ਤਾਂ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ 1984 ਕਾਸ਼ੀਰਾਮ ਦੀ ਅਗਵਾਈ ਵਿੱਚ ਹੋਈ ਸੀ। ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਹੈ ਹੱਥ। ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ? ਭਾਰਤੀ ਜਨਸੰਘ, ਜਿਸ ਦੀ ਸਥਾਪਨਾ 1951 ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਦੁਆਰਾ ਕੀਤੀ ਗਈ ਸੀ, ਨੂੰ ਮੁੜ ਸੁਰਜਿਤ ਕੀਤਾ ਗਿਆ ਅਤੇ 1980 ਵਿੱਚ ਭਾਰਤੀ ਜਨਤਾ ਪਾਰਟੀ ਦਾ ਗਠਨ ਕੀਤਾ ਗਿਆ। 2019 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ? 303। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? 1885 ਵਿੱਚ। ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਅਤੇ ਦੁਨੀਆ ਦੀਆਂ ਸਭ ਤੋਂ ਪੁਰਾਣੀ ਪਾਰਟੀਆਂ ਵਿੱਚੋਂ ਇੱਕ ਹੈ ਇੰਡੀਅਨ ਨੈਸ਼ਨਲ ਕਾਂਗਰਸ। 2019 ਦੀਆਂ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਕਿੰਨੀਆਂ ਸੀਟਾਂ ਜਿੱਤੀਆਂ? 52। ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਦਲ ਬਦਲੀ ਨੂੰ ਰੋਕਣ ਲਈ ਕਿਹੜਾ ਕਾਨੂੰਨ ਬਣਾਇਆ ਗਿਆ ਸੀ? ਦਲ ਬਦਲ ਵਿਰੁੱਧ ਕਾਨੂੰਨ। ਦਲ ਬਦਲ ਦਾ ਕੀ ਅਰਥ ਹੈ? ਕਿਸੇ ਵਿਸ਼ੇਸ਼ ਪਾਰਟੀ ਤੋਂ ਵਿਧਾਨ ਸਭਾ ਲਈ ਚੁਣਿਆ ਗਿਆ ਪ੍ਰਤੀਨਿਧੀ ਉਸ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਜਾਂਦਾ ਹੈ, ਉਸਨੂੰ ਦਲ ਬਦਲ ਕਹਿੰਦੇ ਹਨ। ਰਾਜਨੀਤੀ ਪਾਰਟੀਆਂ ਵਿੱਚ ਔਰਤਾਂ ਲਈ ਕਿੰਨੀ ਪ੍ਰਤੀਸ਼ਤ ਰਾਖਵਾਂਕਰਨ ਹੈ? 1/3। ਸੰਵਿਧਾਨ ਦੀ ਖਰੜਾ ਤਿਆਰ ਕਰਨ ਵਾਲੀ ਕਮੇਟੀ ਦਾ ਮੁਖੀ ਕੌਣ ਸੀ? ਭੀਮ ਰਾਓ ਅੰਬੇਦਕਰ। ਸੰਵਿਧਾਨ ਸਭਾ ਵਿੱਚ ਕੁੱਲ ਕਿੰਨੀਆਂ ਚਰਚਾਵਾਂ ਹੋਈਆਂ? 114 ਦਿਨ। ਕਿਸ ਪੁਸਤਕ ਵਿੱਚ ਸੰਵਿਧਾਨ ਸਭਾ ਦੇ 114 ਦਿਨ ਦੀ ਕੁੱਲ ਚਰਚਾ ਦਾ ਵਿਸਤਾਰਪੂਰਵਕ ਜ਼ਿਕਰ ਕੀਤਾ ਗਿਆ ਹੈ? ਕੌਂਸਟੀਟਿਊਸ਼ਨਲ ਅਸੈਂਬਲੀ ਡਿਬੇਟ। ਭਾਰਤੀ ਜਨਸੰਘ ਦਾ ਸੰਸਥਾਪਕ ਕੌਣ ਸੀ? ਸ਼ਿਆਮਾ ਪ੍ਰਸਾਦ ਮੁਖਰਜੀ। ਭੀਮ ਰਾਓ ਅੰਬੇਦਕਰ ਕਿਸ ਪਾਰਟੀ ਦੇ ਸੰਸਥਾਪਕ ਸੀ? ਰਿਪਬਲਿਕਨ ਪਾਰਟੀ ਆਫ ਇੰਡੀਆ। ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਵਿੱਚ ਕਾਨੂੰਨ ਮੰਤਰੀ ਕੌਣ ਸੀ? ਭੀਮ ਰਾਓ ਅੰਬੇਦਕਰ। ਕਿਸ ਸੰਵਿਧਾਨਿਕ ਸੋਧ ਵਿੱਚ ਸੰਵਿਧਾਨ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਸ਼ਾਮਿਲ ਕੀਤੇ ਗਏ? 42। ਸੰਵਿਧਾਨਿਕ ਸੋਧ 1976 ਵਿੱਚ ਹਰੇਕ ਰਾਜ ਵਿਧਾਨ ਸਭਾ ਦੀਆਂ ਸੀਟਾਂ ਦੇ ਹਿਸਾਬ ਨਾਲ ਵੰਡਿਆ ਜਾਂਦਾ ਹੈ। ਇਹਨਾਂ ਸੀਟਾਂ ਤੋਂ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਿਹਾ ਜਾਂਦਾ ਹੈ? MLA। ਲੋਕ ਸਭਾ ਲਈ ਦੇਸ਼ ਨੂੰ ਕਿੰਨੇ ਹਲਕਿਆਂ ਵਿੱਚ ਵੰਡਿਆ ਗਿਆ ਹੈ? 543। ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਹਨ? 84 ਸੀਟਾਂ। ਹਾਂਜੀ, ਇਸ ਸੀਰੀਜ਼ ਦਾ ਨੈਕਸਟ ਪਾਰਟ ਆਪਾਂ ਜਲਦੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੋਂ ਜ਼ਿਆਦਾ ਆਪਣੇ ਸਾਥੀਆਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ। ਜੇਕਰ ਕਿਸੇ ਸਾਥੀ ਨੂੰ ਇਸ ਵੀਡੀਓ ਦੀ PDF ਚਾਹੀਦੀ ਹੈ ਤਾਂ ਉਹ ਇਸ WhatsApp ਨੰਬਰ 'ਤੇ ਸਾਨੂੰ ਮੈਸੇਜ ਕਰ ਸਕਦੇ ਹਨ।
ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ। ਉਦੋਂ ਤੱਕ ਦੇ ਲਈ ਟੇਕ ਕੇਅਰ।